मैं जिमी ब्राउन, तुसीं देख रहे जस टीवी, जिमी ब्राउन सारे देख रहे श्रोतियां नूं सत श्री अकाल। ते आपां फिर हाजर हाँ प्रोग्राम कम्यूनिटी कनैक्ट लाइव लैके हर मंडे ट्यूजडे करते हैं 11 to 12। अज फिर हाजर हाँ, आपां वीकेंड लंघाया न्यूज़ देख के, होर सोशल मीडिया देख के, ते आपां अज फिर कुछ खट्टियां मिठियां जां कम्यूनिटी दीआं गल्लां, कुछ इंडिया दीआं गल्लां, कुछ इत्थे दीआं गल्लां आपां गल्लां करांगे कि आपां नूं की करना चाहीदा, जां जिहड़े आपणे दे इत्थे यंगस्टर ने उह किन्नी सपोर्ट कर रहे आ, जां जिहड़े इत्थे बैठे होए ने, जां जिहड़े मेरे बजुर्ग जां भैणां भरा भीर इंडिया बैठे ने, बॉर्डरां ते जा के बैठे ने, जिन्हां नूं ऑलमोस्ट 2 महीने तों उपर हो चुके ने, ते आपां नूं इत्थों की करना चाहीदा, उत्थे बैठिआं नूं की करना चाहीदा। काफ़ी खबरां जिहड़ियां पिछली बार आ वीकेंड ते सुणन नूं मिलियां, कई चंगियां लगियां, कई माड़ियां लगियां, लेकिन फिर भी उन्हां दे विच्चों फिल्टर मार के आपां कुछ गल्लां जिहड़ियां तुहाडे रूबरू करावांगे, जिहड़ियां सुणियां भी, कई लोकां दे बयान सुणे, जिहड़े कई पिछली वारी भी गल की थी कि मोदी साहब चाह बेचदे सी, हुण देश बेच दिता, फिर कई लोगों के यह भी कहा कि दीप सिद्धू बहुत लाल किले से लैके चले गया, लखा सदाणा जूस नूं भड़का रहा, यह बहुत गल्लां जिहड़ियां इत्थे बैठ के मन च आउंदियां ने कि तुसीं खुद भी सोचो कि आपां ह्यूमन बीइंग आ, आपां नूं परमात्मा ने एक बड़ा सारा सिर ला के दिमाग पाया कि आपां सोचना कि आपां करना की आ, कि आपां किसे नूं भी कुर्सी ते बिठालण तों पहलां उहनूं उहदा जिहड़ा है पैस्ट है जां फ्यूचर है जां उहने की कीता जां उहदे कोल कीहड़ी एजुकेशन है, उह आपां नूं देखणा जरूरी आ। ਆਪਾਂ ਲਾਸਟ ਸੈਗਮੈਂਟ ਤੇ ਆਪਣੀ ਗੱਲ ਬੰਦ ਕੀਤੀ ਸੀ ਕਿ ਆਪਣੇ ਪਿੰਡਾਂ ਦੇ ਸਰਪੰਚ ਤੇ ਗੱਲ ਮੁਕਾਤੀ ਸੀ ਕਿ ਉੱਥੇ ਵੀ ਆਪਣੀ ਪੜ੍ਹਾਈ ਲਿਖਾਈ ਤੋਂ ਮਾਰ ਆ। ਮੈਂ ਫਿਰ ਵੀ ਕਰੂੰਗਾ ਕਿ ਇੱਥੇ ਦੇ ਆਪਾਂ ਅੱਜ ਸਟੂਡੈਂਟ ਵੀ ਲੈਣੇ ਨੇ ਵੱਖਰੇ ਵੱਖਰੇ ਖੇਤਰ ਦੇ ਵਿੱਚ, ਤੇ ਆਪਾਂ ਉਹ ਗੱਲ ਕਰਾਂਗੇ ਕਿ ਜੇ ਨਿਆਣੇ ਸਾਡੇ ਪੰਜਾਬੀਆਂ ਦੇ ਇੱਥੇ ਜੰਮ ਕੇ ਇੱਥੇ ਪੜ੍ਹ ਸਕਦੇ ਨੇ ਤੇ ਇੰਡੀਆ ਦੇ ਵਿੱਚ ਕਿਉਂ ਨਹੀਂ ਪੜ੍ਹ ਸਕਦੇ, ਵਜ੍ਹਾ ਕੀ ਹੈ ਉਹਦੀ। ਜਿਹੜਾ ਮੈਨੂੰ ਸੁਣਨ ਨੂੰ ਲੱਗਿਆ ਜਾਂ ਮੈਂ ਸੋਸ਼ਲ ਮੀਡੀਆ 'ਤੇ ਥੋੜ੍ਹੇ ਚਿਰ ਤੋਂ ਹੀ ਕਾਫੀ ਐਕਟਿਵ ਹੋਇਆ, ਲੇਕਿਨ ਹੁਣ ਦੇਖਦਾ ਰਹਿੰਦਾ ਕਿ ਸਾਡੇ ਜਿਹੜੇ ਲੀਡਰ ਵੀ ਨੇ ਉਹਨਾਂ ਨੂੰ ਇਸ ਗੱਲ ਦੀ ਕੋਈ ਨਹੀਂ ਪਈ ਹੋਈ ਕਿ ਸਾਡੇ ਜਿਹੜੇ ਬੱਚੇ ਨੇ, ਆਉਣ ਵਾਲਾ ਯੂਥ ਆ, ਉਹ ਮੂਹਰੇ ਆਵੇ। ਉੱਥੇ ਸਿਰਫ ਇੱਕੋ ਗੱਲ ਦੀ ਦੌੜ ਲੱਗੀ ਹੋਈ ਆ ਕਿ ਲੀਡਰ ਬਣਨਾ ਕਿਵੇਂ ਆ ਜਾਂ ਮੇਰੀ ਲੀਡਰਸ਼ਿਪ ਕਿੱਦਾਂ ਬਣੀ ਰਹੂ। ਇਹ ਨਹੀਂ ਦੇਖਿਆ ਜਾਂਦਾ ਕਿ ਮੈਨੂੰ ਨਾਂ ਲਿਖਣਾ ਨਹੀਂ ਆਉਂਦਾ, ਮੈਂ ਬਿਲਕੁਲ ਅਨਪੜ੍ਹ, ਮੈਂ ਹਿਸਾਬ ਕਿੱਦਾਂ ਕਰੂੰ, ਜਾਂ ਮੈਂ ਕਿਸੇ ਫੋਰਨ ਮਿਨਿਸਟਰ ਦੇ ਨਾਲ ਗੱਲ ਕਿੱਦਾਂ ਕਰਨੀ ਆ, ਜਾਂ ਮੈਂ ਕਿਸੇ ਥਾਣੇ ਦੇ ਨਾਲ, ਥਾਣੇ ਵਿੱਚ ਜਾ ਕੇ ਥਾਣੇਦਾਰ ਨਾਲ, ਮੈਨੂੰ ਕਾਨੂੰਨ ਦਾ ਪਤਾ ਆ, ਮੈਂ ਮੁਨਸ਼ੀ ਦੇ ਨਾਲ ਗੱਲ ਕਰਨੀ ਜਾਂ ਪਟਵਾਰੀ ਦੇ ਨਾਲ ਕਰਨਾ, ਕਹਿੰਦੇ ਮੈਨੂੰ ਪਤਾ ਕਿ ਮੇਰੀ ਜ਼ਮੀਨ ਕਿੱਥੇ ਆ, ਜਾਂ ਮੈਂ ਫਰਦਾਂ ਦੇਖਣੀਆਂ ਜਾਂ ਕਿੱਥੋਂ ਲੈਣੀਆਂ, ਨਹੀਂ ਜੀ ਪੈਸੇ ਦਿਓ, ਕੰਮ ਹੋ ਗਿਆ। ਇਹ ਕੰਮ ਤੋਂ ਸਾਨੂੰ ਹਟਣਾ ਪੈਣਾ। ਇੱਥੇ ਜਿੱਦਾਂ ਇੱਥੇ ਆ, ਤੁਸੀਂ ਕਿਸੇ ਵੀ ਆਫਿਸ ਵਿੱਚ ਜਾਓ, ਆਈਸ ਦੇ ਆਫਿਸ ਚਲੇ ਜਾਓ, ਲੋਕਲ ਆਫਿਸ ਵਿੱਚ ਚਲੇ ਜਾਓ, ਲਾਇਸੈਂਸ ਲੈਣ ਚਲੇ ਜਾਓ, ਜਿੱਥੇ ਵੀ ਜਾਂਦੇ ਆ, ਜੇ ਤੁਹਾਡੇ ਕੋਲ ਇਨਫੋਰਮੇਸ਼ਨ ਹੈ ਤਾਂ ਅਗਲਾ ਤੁਹਾਨੂੰ ਬੋਲ ਨਹੀਂ ਸਕਦਾ ਜਾਂ ਤੁਹਾਨੂੰ ਕਾਨੂੰਨ ਬਾਰੇ ਪਤਾ। ਜੇ ਇੱਥੇ ਲੋਕਲ ਪੁਲਿਸ ਆਫਿਸਰ ਤੁਹਾਨੂੰ ਰੋਕਦਾ, ਤੁਸੀਂ ਤੁਹਾਡੇ ਕੋਲ ਰਾਈਟ ਆ ਇਸ ਪੁੱਛਣ ਦਾ ਕਿ ਤੂੰ ਮੈਨੂੰ ਕਿਉਂ ਰੋਕਿਆ, ਹਾਂ ਵੀ ਮੈਂ ਕੀ ਗਲਤੀ ਕੀਤੀ। ਇੰਡੀਆ ਦੇ ਵਿੱਚ ਸਾਨੂੰ ਪਹਿਲਾਂ ਤਾਂ ਪਤਾ ਹੀ ਨਹੀਂ ਕਿ ਸਾਡਾ ਰਾਈਟ ਕੀ ਆ, ਦੂਜਾ ਰਾਈਟ ਉੱਥੇ ਹੈ ਕੋਈ ਨਹੀਂ ਜਿੰਨਾ ਮੈਨੂੰ ਪਤਾ, ਮੈਂ ਜਾ ਕੇ ਦੇਖਿਆ ਬਾਅਦ ਵਿੱਚ ਕਾਫੀ ਚਿਰਾਂ ਬਾਅਦ ਜਾਂਦਾ, ਲੇਕਿਨ ਉੱਥੇ ਮੈਨੂੰ ਜਿੱਥੇ ਤੱਕ ਪਤਾ ਵੀ ਕੋਈ ਰਾਈਟ ਨਹੀਂ, ਤੁਹਾਡਾ ਰਾਈਟ ਹੈ ਹੀ ਨਹੀਂ ਕੋਈ ਵੀ। ਜਿਹਨੂੰ ਕਹਿੰਦੇ ਡੈਮੋਕਰਸੀ, ਇੰਡੀਆ ਦੇ ਵਿੱਚ ਬਹੁਤ ਆ, ਵਰਲਡ ਦੀ ਵੱਡੀ ਡੈਮੋਕਰਸੀ, ਮੈਨੂੰ ਲੱਗਦਾ ਕੋਈ ਵਰਲਡ ਦੀ ਵੱਡੀ ਡੈਮੋਕਰਸੀ ਨਹੀਂ ਹੈ ਉੱਥੇ, ਕਿਉਂਕਿ ਜਿੱਥੇ ਆਮ ਪਬਲਿਕ ਦਾ ਉਹ ਰਾਈਟ ਹੀ ਨਹੀਂ ਹੈਗਾ, ਤੁਸੀਂ ਸਵਾਲ ਨਹੀਂ ਪੁੱਛ ਸਕਦੇ, ਜਾਂ ਗਵਰਨਮੈਂਟ ਦੇ ਜਿਹੜੇ ਆਫਿਸ ਆ ਉਹਨਾਂ 'ਤੇ ਅਸੀਂ ਕਿੰਤੂ ਪਰੰਤੂ ਨਹੀਂ ਕਰ ਸਕਦੇ। ਕਿੰਤੂ ਪਰੰਤੂ ਦਾ ਮਤਲਬ ਇਹ ਨਹੀਂ ਕਿ ਅਸੀਂ ਉਂਗਲੀਆਂ ਉਠਾਉਂਦੇ ਹਾਂ, ਜਿਹੜਾ ਲੋਕਲ ਟਾਊਨ, ਮੈਂ ਇੱਥੇ ਪਲੇਨ ਫੀਲਡ ਦੇ ਵਿੱਚ ਇੰਡੀਆਨਾ 'ਚ ਰਹਿੰਦਾ, ਮੇਰਾ ਪੂਰਾ ਰਾਈਟ ਆ ਕਿ ਮੈਂ ਜਾ ਕੇ ਟਾਊਨ ਕੌਂਸਲ ਨੂੰ ਪੁੱਛ ਸਕਾਂ ਕਿ ਤੁਸੀਂ ਸਾਡੇ ਟੈਕਸ ਦਾ ਪੈਸਾ ਕਿੱਥੇ ਖਰਚ ਕੀਤਾ, ਜਾਂ ਤੁਸੀਂ ਟਾਊਨ ਕੌਂਸਲ ਨੂੰ ਪੁੱਛ ਸਕਦੇ ਹੋ ਕਿ ਤੁਸੀਂ ਸਾਡੇ ਟਾਊਨ ਲਈ ਕੀ ਕੀਤਾ ਭਾਈ, ਸਾਡਾ ਇੰਨਾ ਪੈਸਾ ਸੀ, ਜਾਂ ਤੁਸੀਂ ਉਹਨਾਂ ਦੇ ਅਕਾਊਂਟ ਦੀ ਪੂਰੀ ਇਨਕੁਆਇਰੀ ਕਰ ਸਕਦੇ ਹੋ। ਲੇਕਿਨ ਇੰਡੀਆ ਦਾ ਇੱਕ ਛੋਟੇ ਲੈਵਲ ਦਾ ਸਰਪੰਚ ਪਿੰਡ ਦੇ ਲੈਵਲ 'ਤੇ ਉਹ ਪੁੱਛ, ਉਹਨੂੰ ਤੁਸੀਂ ਪੁੱਛ ਨਹੀਂ ਸਕਦੇ ਤੈਨੂੰ ਗ੍ਰਾਂਟ ਆਈ ਸੀ ਤੂੰ ਕੀ ਕੀਤਾ। ਇਹ ਬੜੀ ਮੰਦਭਾਗੀ ਗੱਲ ਆ ਕਿ ਅਸੀਂ ਪੜ੍ਹ ਲਿਖ ਕੇ ਵੀ ਸਾਡੇ ਨੌਜਵਾਨਾਂ ਨੂੰ ਅਸੀਂ ਅੱਗੇ ਨਹੀਂ ਆਉਣਾ ਦੇਣਾ ਚਾਹੁੰਦੇ। ਇਹ ਸਾਡੇ ਪੇਰੈਂਟਸ 'ਤੇ ਵੀ ਆ, ਔਰ ਦੂਸਰਾ ਸਾਡੀ ਜਿਹੜੀ ਕਮਿਊਨਿਟੀ ਆ, ਸੋ ਫਾਰ ਅਸੀਂ ਪੰਜਾਬੀ ਕਹਿੰਦੇ ਹਾਂ ਨਹੀਂ, ਲੇਕਿਨ ਸਾਨੂੰ ਇਹ ਕਰਨਾ ਪਊਗਾ ਕਿ ਸਾਡੀ ਜਿਹੜੀ ਪੜ੍ਹੀ ਲਿਖੀ ਕਮਿਊਨਿਟੀ ਆ, ਇੱਥੇ ਡਾਕਟਰ ਵੀ ਨੇ, ਵਕੀਲ ਵੀ ਨੇ, ਹਰ ਤਰ੍ਹਾਂ ਦੇ ਖੇਤਰ ਦੇ ਵਿੱਚ ਪੰਜਾਬੀ ਹੈਗੇ ਨੇ, ਤੁਸੀਂ ਥੋੜ੍ਹਾ ਜਿਹੀ ਹਿੰਮਤ ਕਰੋ, ਆਪਣੇ ਰਾਈਟਸ ਨੂੰ ਜਾਣੋ ਵੀ ਤੁਹਾਡੇ ਕੀ ਰਾਈਟਸ ਨੇ। ਇੱਥੇ ਸਾਨੂੰ ਪਤਾ ਆ ਕਿ ਅਮਰੀਕਾ ਜਾਂ ਕੈਨੇਡਾ ਜਾਂ ਇੰਗਲੈਂਡ ਜਿਹੜੇ ਮਰਜ਼ੀ ਬਾਹਰ ਮੁਲਕ ਚਲੇ ਜਾਓ, ਪੰਜਾਬੀ ਕਾਮਯਾਬ ਨੇ, ਲੇਕਿਨ ਪੰਜਾਬ ਦੇ ਵਿੱਚ ਪੰਜਾਬੀ ਫੇਲ ਨੇ। ਬੜੀ ਮੰਦਭਾਗੀ ਗੱਲ ਆ ਕਿ ਜਿੱਥੇ ਅਸੀਂ ਜੰਮੇ, ਸਾਡੇ ਜਿਹੜੇ ਪੁਰਖੇ ਸੀ, ਸਾਡੇ ਓਲਡਰ ਸੀਗੇ ਐਲਡਰ, ਉਹ ਉੱਥੇ ਫੇਲ ਹੋ ਗਏ, ਅਸੀਂ ਇੱਥੇ ਦੂਜੀ ਜਗ੍ਹਾ ਆ ਕੇ ਇੱਕ ਡਾਲਰ ਇਸ ਕੰਟਰੀ ਦੇ ਵਿੱਚ ਲੈ ਕੇ ਆਏ, ਪਰ ਅਸੀਂ ਫਿਰ ਵੀ ਇੱਥੇ ਕਾਮਯਾਬ ਹਾਂ। ਮੈਨੂੰ ਇੱਕ ਪੰਜਾਬੀ ਦਿਖਾ ਦਿਓ ਕੋਈ ਵੀ ਜਿਹੜਾ ਭੀਖ ਮੰਗਦਾ ਹੋਵੇ, ਜਾਂ ਉਹਨੂੰ ਜੋਬ ਨਾ ਮਿਲਦੀ ਹੋਵੇ, ਜਾਂ ਉਹਦੇ ਕੋਲ ਘਰ ਨਾ ਹੋਵੇ, ਜਾਂ ਗੱਡੀ ਨਾ ਹੋਵੇ। ਸਾਡੇ ਬੱਚੇ ਆ ਜਿਹੜੇ ਇੱਥੇ ਮਾਂ ਪਿਓ ਨੇ ਫੈਕਟਰੀਆਂ ਦੇ ਵਿੱਚ ਕੰਮ ਕਰਕੇ, ਉਹਨਾਂ ਦੇ ਬੱਚੇ ਵਕੀਲ ਬਣ ਗਏ, ਉਹਨਾਂ ਦੇ ਬੱਚੇ ਡਾਕਟਰ ਬਣੇ ਬੈਠੇ ਨੇ, ਉਹਨਾਂ ਦੇ ਬੱਚੇ ਹਰ ਖੇਤਰ ਦੇ ਵਿੱਚ ਆ। ਪਿਛਲੀ ਵਾਰੀ ਅਸੀਂ ਮੁੰਡੇ ਸਨੀ ਨੂੰ ਲੈ ਕੇ ਆਏ ਸੀ, ਉਹ ਬੜਾ ਐਕਟਿਵ ਆ ਪੋਲੀਟੀਕਲ ਦੇ ਵਿੱਚ ਵੀ, ਹੁਣ ਉਹ ਜੱਜ ਦੇ ਨਾਲ ਕੰਮ ਕਰਦਾ ਪਿਆ। ਇਹ ਚੀਜ਼ਾਂ ਸਾਨੂੰ ਇੰਡੀਆ ਦੇ ਵਿੱਚ ਕਿਉਂ ਨਹੀਂ ਮਿਲਦੀਆਂ? ਇੱਕ ਜਿਹੜਾ ਅਦਾਰਾ ਆ, ਜਿਹੜਾ ਮੈਂ ਕਹੂੰਗਾ ਕਿ ਸਿੱਖ, ਹਿੰਦੂ, ਮੁਸਲਮਾਨ ਜਾਂ ਬੋਧੀ ਨੇ, ਨਾ ਜੈਨੀ ਨੇ,
ਇਹਨਾਂ ਨੂੰ ਛੱਡ ਕੇ ਕਿ ਅਸੀਂ ਇਹਨਾਂ ਨੂੰ ਪਿੱਛੇ ਛੱਡ ਕੇ ਕਿਉਂ ਨਹੀਂ ਐਸੇ ਹਿਊਮਨ ਬੀਂਗ ਕਿਉਂ ਨਹੀਂ ਅਸੀਂ ਮੂਹਰੇ ਆਉਂਦੇ ਜਾਂ ਸਾਡੇ ਬੱਚਿਆਂ ਨੂੰ ਕਿਉਂ ਨਹੀਂ ਆਉਣ ਦਿੰਦੇ? ਉਹਦੀ ਵਜ੍ਹਾ ਮੈਨੂੰ ਜਿਹੜੀ ਲੱਭੀ ਨਹੀਂ, ਪਰ ਲੇਕਿਨ ਮੇਰੀ ਇਹ ਆਦਤ ਆ ਜਦ ਤੱਕ ਲੱਭਦੀ ਨਹੀਂ ਉਦੋਂ ਤੱਕ ਮੈਂ ਹਟਣਾ ਨਹੀਂ। ਔਰ ਦੂਸਰਾ, ਜਿਹੜਾ ਵੀ ਕੋਈ ਆਪਣੇ ਜਿੰਨੇ ਦਰਸ਼ਕ ਇਸ ਵੇਲੇ ਸੁਣ ਰਹੇ ਨੇ, ਜਿੰਨੇ ਆਪਣੇ ਟੀਵੀ ਦੇਖਦੇ ਨੇ, ਮੈਂ ਉਹਨਾਂ ਕਹੂੰਗਾ ਪ੍ਰੋਗਰਾਮ ਲਾਈਵ ਆ, ਤੁਸੀਂ ਕਾਲ ਕਰ ਸਕਦੇ ਹੋ। ਇੱਦਾਂ ਦੀ ਕੋਈ ਨਹੀਂ ਕਿ ਆਪਾਂ ਫੋਨ ਨਹੀਂ ਚੁੱਕਦੇ, ਆਪਾਂ ਹਰ ਵਾਰੀ ਪਰਸਨਲ ਨੰਬਰ ਵੀ ਆਪਣਾ ਬੋਲਦੇ ਹਾਂ, ਸਟੂਡੀਓ ਦਾ ਨੰਬਰ ਵੀ ਥੱਲੇ ਲਿਖਿਆ ਹੁੰਦਾ। ਤੁਸੀਂ ਕਾਲ ਕਰਕੇ ਆਪਣੇ ਕਮੈਂਟ ਜੇ ਜਾਂ ਗੱਲ ਕਰਨੀ ਚਾਹੁੰਦੇ ਹੋ ਤੁਸੀਂ ਦੱਸ ਸਕਦੇ ਹੋ ਕਿ ਤੁਹਾਡੇ ਕੀ ਵਿਚਾਰ ਨੇ। ਮੇਰੇ ਵਿਚਾਰ ਤਾਂ ਤੁਸੀਂ ਹਰ ਵਾਰੀ ਸੁਣਦੇ ਹੋ, ਮੇਰਾ ਇਹੀ ਵਿਚਾਰ ਆ ਕਿ ਜਦੋਂ ਤੱਕ ਅਸੀਂ ਆਪਣੀ ਜੰਗ ਯੂਥ ਨੂੰ ਅੱਗੇ ਨਹੀਂ ਆਉਣ ਦੇਵਾਂਗੇ, ਉਹਨਾਂ ਦੀ ਐਜੂਕੇਸ਼ਨ ਜਿਹੜੀ ਉਹਨਾਂ ਦੇ ਕੋਲ ਹੈ ਉਹਨੂੰ ਨਹੀਂ ਯੂਜ਼ ਕਰਾਂਗੇ, ਉਹ ਸਾਨੂੰ ਕਾਨੂੰਨਾਂ ਦਾ ਨਹੀਂ ਪਤਾ ਲੱਗੂਗਾ, ਕਿਉਂਕਿ ਇੰਡੀਆ ਦੇ ਵਿੱਚ ਜਿਹੜੀ ਆ ਅਨਪੜ੍ਹਤਾ, ਅੱਗੇ ਨਾਲੋਂ ਤਾਂ ਬਹੁਤ ਫਰਕ ਆ, ਲੇਕਿਨ ਹਾਲੇ ਵੀ ਕਾਫੀ ਆ। ਜਿਹੜਾ ਅਸੀਂ 5 ਸਾਲ ਮੰਤਰੀ ਆਇਆ ਉਹ ਲੁੱਟ ਕੇ ਚਲਾ ਗਿਆ, ਲੇਕਿਨ ਅਸੀਂ ਫਿਰ ਵੇਟ ਕਰਦੇ ਹਾਂ ਕਿ ਇੱਕ ਇਲੈਕਸ਼ਨ ਹੋਰ ਆਊਗੀ, ਉਹ ਫਿਰ ਸਾਨੂੰ ਲੁੱਟੂਗਾ। ਸਾਨੂੰ ਇੱਦਾਂ ਦੀ ਵੇਟ ਨਹੀਂ ਕਰਨੀ ਚਾਹੀਦੀ। ਸਾਨੂੰ ਹੁਣ ਅਸੀਂ ਕੈਨੇਡਾ ਦੇ ਵਿੱਚ ਬੈਠੇ ਹਾਂ, ਜਰਮਨ 'ਚ ਬੈਠੇ ਹਾਂ, ਆਸਟ੍ਰੇਲੀਆ ਬੈਠੇ ਹਾਂ, ਕਾਫੀ ਮਿਣ ਕੇ ਕੋਈ ਐਸਾ ਮੁਲਕ ਨਹੀਂ। ਮੈਂ ਸੋਚਦਾ ਸੀ ਕਿ ਮੈਕਸੀਕੋ ਗਏ ਸੀ ਅਸੀਂ ਕਿ ਮੈਕਸੀਕੋ ਦੇ ਵਿੱਚ ਪੰਜਾਬੀ ਘੱਟ ਹੋਣਗੇ, ਲੇਕਿਨ ਉੱਥੇ ਵੀ ਪੰਜਾਬੀਆਂ ਨੇ ਰੈਸਟੋਰੈਂਟ ਖੋਲਿਆ ਹੋਇਆ ਸੀ। ਮੈਂ ਹੈਰਾਨ ਸੀ ਵੀ ਹਰ ਮੁਲਕ ਦੇ ਵਿੱਚ ਅਸੀਂ ਬੈਠ ਕੇ ਥੋੜ੍ਹਾ ਥੋੜ੍ਹਾ ਜਿਹਾ ਅਡਾਪਟ ਕਰੀਏ ਹਰ ਇੱਕ ਮੁਲਕ ਤੋਂ, ਕਿ ਜਿਹੜੀ ਚੰਗੀ ਚੀਜ਼ ਅਮੈਰੀਕਾ ਦੀ ਆ ਉਹ ਅਡਾਪਟ ਕਰ ਲਓ, ਜਿਹੜੀ ਚੰਗੀ ਚੀਜ਼ ਕੈਨੇਡਾ ਦੀ ਆ ਉਹ ਅਡਾਪਟ ਕਰ ਲਓ, ਜੇ ਕੋਈ ਆਸਟ੍ਰੇਲੀਆ ਦੀ ਵਧੀਆ ਚੀਜ਼ ਆ ਉਹ ਅਡਾਪਟ ਕਰ ਲਓ। ਅਡਾਪਟ ਕਰੋ ਚੰਗੀਆਂ ਚੀਜ਼ਾਂ ਲੈ ਕੇ, ਉਹ ਆਪਾਂ ਆਪਣੇ ਮੁਲਕ 'ਚ ਲਿਆ ਕੇ ਸੋਚ ਸਕੀਏ ਜਾਂ ਉੱਥੇ ਹੈਲਪ ਕਰ ਸਕੀਏ। ਇਹ ਨਹੀਂ ਕਿ ਆਪਾਂ ਨੂੰ ਇੱਥੋਂ ਹੈਲਪ ਨਹੀਂ ਮਿਲਦੀ, ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਗੋਰੇ ਤੁਹਾਡੀ ਹੈਲਪ, ਗੋਰੇ ਵੀ ਕਰਨਾ ਚਾਹੁੰਦੇ ਨੇ, ਕਾਲੇ ਵੀ, ਹਰ ਕੋਈ ਬੰਦਾ ਹੈਲਪ ਕਰਨਾ ਚਾਹੁੰਦਾ, ਅਤੇ ਪੰਜਾਬੀ ਵੀ ਇਸ ਤਰ੍ਹਾਂ ਦੇ ਨੇ, ਪੰਜਾਬੀ ਹਰ ਇੱਕ ਦੀ ਹੈਲਪ ਕਰਨਾ ਚਾਹੁੰਦੇ ਨੇ। ਉਹ ਦੇਖੋ ਪੰਜਾਬੀਆਂ ਨੇ ਕਿੱਥੇ, ਜਿੱਥੇ ਵੀ ਕਿਤੇ ਜਾ ਕੇ ਕੋਈ ਮਹਾਮਾਰੀ ਪਈ ਉੱਥੇ ਲੰਗਰ ਲਾਇਆ, ਖਾਲਸਾ ਏਡ ਵਾਲੇ ਬੜਾ ਬੜਾ ਵਧੀਆ ਕੰਮ ਕਰਦੇ ਨੇ, ਹੋਰ ਵੀ ਪੰਜਾਬੀ ਗੁਰੂ ਘਰਾਂ 'ਚ ਜਾਂ ਕਿਤੇ ਵੀ ਪੰਜਾਬੀ ਮਿਲ ਜਾਏ ਉਹ ਹਰ ਤਰ੍ਹਾਂ ਦੀ ਹੈਲਪ ਕਰਦੇ ਨੇ। ਤੁਸੀਂ ਹੋਸਪਿਟਲ ਚਲੇ ਜਾਓ, ਸਾਡਾ ਪੰਜਾਬੀ ਡਾਕਟਰ ਹੋਵੇ, ਉਹ ਹਰ ਇੱਕ ਦੀ ਵੱਧ ਤੋਂ ਵੱਧ ਹੈਲਪ ਕਰੂਗਾ, ਉਹ ਕੋਲੋਂ ਵੀ 2 ਪੈਸੇ ਲਾ ਦਊਗਾ, ਇੱਦਾਂ ਨਹੀਂ ਕਿ ਨਹੀਂ ਕਰੂਗਾ। ਪਰ ਫਿਰ ਵੀ ਅਸੀਂ ਇੰਡੀਆ ਦੇ ਵਿੱਚ ਫੇਲ ਕਿਉਂ ਆ? ਵੱਡਾ ਰੀਜ਼ਨ ਇੰਡੀਆ ਦੇ ਵਿੱਚ ਫਿਰ, ਨੰਬਰ 1, ਤੁਸੀਂ ਬੰਦੇ ਦਾ ਇਲਾਜ ਕਰਾਉਣਾ, ਬੰਦਾ ਉੱਥੇ ਪੈਸੇ ਦੁੱਖ ਮਰ ਜਾਂਦਾ, ਬੜੀ ਮੰਦਭਾਗੀ ਗੱਲ ਆ ਇਹ, ਤੁਹਾਡਾ ਇਲਾਜ ਨਹੀਂ ਹੁੰਦਾ ਕਿਉਂਕਿ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਜਾਂ ਤੁਹਾਨੂੰ ਪੈਸੇ ਜਮ੍ਹਾਂ ਨਹੀਂ ਕਰਾ ਸਕਦੇ। ਡਾਕਟਰ ਉਦੋਂ ਤੱਕ ਓਪਰੇਸ਼ਨ ਹੀ ਨਹੀਂ ਕਰਦਾ ਜਦੋਂ ਤੱਕ ਤੁਸੀਂ ਜਿੰਨਾ ਉਹਨਾਂ ਦਾ ਰਿਕੁਆਇਰ ਫੰਡ ਜੋ 2-3-4 ਲੱਖ ਜਮ੍ਹਾਂ ਨਹੀਂ ਕਰਾ ਦਿੰਦੇ। ਬੜੀ ਮੰਦਭਾਗੀ ਗੱਲ ਆ, ਅਸੀਂ ਕਹਿੰਦੇ ਕਿ ਸਿੱਖ ਕੌਮ ਨੇ ਆਹ ਕਰਤਾ ਜਾਂ ਹਿੰਦੂ ਕੌਮ ਨੇ ਆਹ ਕਰਤਾ, ਮੁਸਲਮਾਨਾਂ ਨੇ ਉਹ ਕਰਤਾ। ਪਹਿਲਾਂ ਤੁਸੀਂ, ਮੈਂ ਕਹੂੰਗਾ ਸਿੱਖਾਂ ਨੂੰ ਵੀ, ਹਿੰਦੂਆਂ ਸਾਰਿਆਂ ਨੂੰ ਛੱਡ ਕੇ, ਇੱਕ ਜਿਹੜੀ ਹਮਿਊਨਿਟੀ ਜਿਹਨੂੰ ਆਪਾਂ ਕਹਿੰਦੇ ਹਿਊਮਨ ਬੀਨ, ਉਹਦੇ ਉੱਤੇ ਚੱਲ ਕੇ ਮੈਂ ਕਹੂੰਗਾ ਵੀ ਐਸੀ ਜੀ ਚੀਜ਼ ਪੰਜਾਬ ਦੇ ਵਿੱਚ ਬਣਨੀ ਚਾਹੀਦੀ ਆ ਜਾਂ ਪੂਰੇ ਇੰਡੀਆ ਦੇ ਵਿੱਚ, ਹੈਗੀਆਂ ਵੀ ਨੇ ਕਾਫੀ ਸੰਸਥਾਵਾਂ, ਲੇਕਿਨ ਉਹਨਾਂ ਨੂੰ ਦਵਾਇਆ ਜਾ ਰਿਹਾ ਕਿ ਤੁਸੀਂ ਫ੍ਰੀ ਦਾ ਇਲਾਜ ਨਾ ਕਰੋ ਜਾਂ ਤੁਸੀਂ ਆਹ ਫ੍ਰੀ ਸੇਵਾਵਾਂ ਨਾ ਕਰੋ। ਮੇਰੇ ਹਿਸਾਬ ਨਾਲ ਇਹ ਬਹੁਤ ਮੰਦਭਾਗੀਆਂ ਘਟਨਾਵਾਂ ਨੇ, ਜਿਹੜੀ ਸਰਕਾਰਾਂ ਨੇ ਉਹਨਾਂ ਨੂੰ ਸੋਚਣਾ ਚਾਹੀਦਾ। ਆਉਣ ਵਾਲੇ ਸਮੇਂ ਦੇ ਵਿੱਚ ਮੈਂ ਜ਼ਰੂਰ ਕਹੂੰਗਾ ਸਰਕਾਰਾਂ ਨੂੰ ਕਿ ਹੁਣ ਉਹ ਕੰਮ ਬੰਦ ਕਰ ਦਿਓ ਜਿਹੜੇ ਪਹਿਲਾਂ ਤੁਸੀਂ ਕਰਦੇ ਸੀ, ਇਹ ਠੱਗੀਆਂ ਠੋਰੀਆਂ ਝੂਠ, ਜਾਂ ਹੁਣ ਜਿਹੜਾ ਜ਼ਮਾਨਾ ਉਹ ਹੈਗਾ ਪੂਰਾ ਸੋਸ਼ਲ ਮੀਡੀਆ ਦਾ, ਪੜ੍ਹੇ ਲਿਖੇ ਬੱਚੇ ਨੇ, ਹੁਣ ਤਾਂ ਮੇਰੇ ਵਰਗੇ ਵੀ ਜਿਹੜੇ ਅੱਧ ਖੜ ਬਜ਼ੁਰਗ ਉਹ ਵੀ ਕਾਫੀ ਨੌਲੇਜ ਰੱਖਦੇ ਨੇ ਇਹਨਾਂ ਚੀਜ਼ਾਂ ਬਾਰੇ, ਕਿ ਭਾਈ ਆ ਜਿਹੜੇ ਠੱਗੀਆਂ ਠੋਰੀਆਂ ਝੂਠ ਕੇ ਅਸੀਂ 15-15 ਲੱਖ ਦੇ ਦੇਣਾ ਅਤੇ ਦੇਣਾ ਰੁਪਈਆ ਨਹੀਂ, ਉਹ ਰਿਕਾਰਡਿੰਗਾਂ ਸਾਡੀਆਂ ਤੁਹਾਡੀਆਂ ਸਾਰੀਆਂ ਪਈਆਂ ਨੇ, ਹੁਣ ਉਹ ਝੂਠ ਬੰਦ ਕਰ ਦਿਓ, ਉਹ ਝੂਠ ਨਹੀਂ ਚੱਲਣੇ। ਜਿਹੜਾ ਵੀ ਬੰਦਾ ਪੋਲੀਟਿਕਸ 'ਚ ਆਉਣਾ ਚਾਹੁੰਦਾ ਉਹ ਥੋੜ੍ਹਾ ਜਿਹਾ ਸੱਚਾ ਹੋ ਕੇ ਆਵੇ, ਥੋੜ੍ਹਾ ਜਿਹਾ ਨਹਾ ਕੇ, ਪੱਧਰਾ ਹੋ ਕੇ, ਕਿਉਂਕਿ ਇਹ ਝੂਠ ਝੜਕੀਆਂ ਨੂੰ ਛੱਡ ਦੇਵੇ। ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੀਡਰ ਹੋਣਗੇ, ਹੁਣ ਤਾਂ ਸਿਰਫ ਲੋਕ ਧਰਨੇ ਲਾਉਂਦੇ ਨੇ, ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਵੀ ਜੁੱਤੀ ਪਰੇਡ ਤੱਕ ਜ਼ਰੂਰ ਜਾਣਗੇ, ਕਿਉਂਕਿ ਜਿਹੜੀ ਨਵੀਂ ਪੀੜ੍ਹੀ ਆ ਇਹ ਟੋਲਰੇਟ ਨਹੀਂ ਕਰਦੀ ਤੁਹਾਡੇ ਝੂਠਾਂ ਨੂੰ। ਜਿਹੜੇ ਝੂਠ ਲੀਡਰ ਬੋਲਦੇ ਨੇ ਕਿ ਆਪਾਂ ਆਹ ਪੁਲ ਬਣਾ ਦੇਣਾ, ਪੁਲ ਬਣਿਆ ਹੀ ਨਹੀਂ, ਪੁਲ ਦੀ ਰਿਪੇਅਰ ਵੀ ਹੋਈ ਜਾਂਦੀ ਆ, ਜਿਹੜਾ ਦਿਖਦਾ ਹੀ ਨਹੀਂ ਕਿਤੇ, ਅਤੇ ਲੀਡਰ ਜਾਂ ਲੀਡਰ ਦੀ ਆਪਦੀ ਕੋਠੀ ਨੂੰ ਸਾਰਾ ਕੋਈ ਸਰਕਾਰੀ ਹੋ ਰਿਹਾ। ਬੜੀ ਮੰਦਭਾਗੀ ਘਟਨਾ ਆ। ਅਤੇ ਇੱਕ ਜਿਹੜੀ ਬਹੁਤ ਹਾਸੇ ਵਾਲੀ ਘਟਨਾ ਮੈਂ ਸੋਸ਼ਲ ਮੀਡੀਆ 'ਤੇ, ਇੱਕ ਨਿਊਜ਼ ਤੋਂ ਵੀ ਸੁਣੀ, ਇੱਕ ਮੰਤਰੀ ਨੂੰ ਮੱਛਰ ਲੜਨ 'ਤੇ ਉੱਥੇ ਦਾ ਸਟਾਫ ਨੂੰ ਫਾਇਰ ਕਰ ਦਿੱਤਾ, ਕਿ ਉੱਥੇ ਮੱਛਰ ਸੀ, ਉਹਨਾਂ ਨੇ ਜਿਹੜਾ ਉੱਥੇ ਦਾ ਗੈਸਟ ਹਾਊਸ ਸੀ ਸਰਕਾਰ ਦਾ, ਉਹਦੇ ਵਿੱਚ ਉਹਦੀ ਟੇਕ ਕੇਅਰ ਨਹੀਂ ਕੀਤੀ, ਅਤੇ ਜਿਹੜਾ ਵਿਚਾਰਾ ਨੌਕਰੀ ਕਰਦਾ ਸੀ ਇੱਕ ਮੱਛਰ ਕਰਕੇ ਉਹਦੀ ਨੌਕਰੀ ਗਈ। ਦੇਖੋ ਸਾਡੇ ਮੁਲਕ ਦੀ, ਪੰਜਾਬ ਦੀ ਜਾਂ ਹਿੰਦੂ ਇੰਡੀਆ ਦੀ ਲਾ ਲਓ, ਕਿੱਦਾਂ ਦੀਆਂ ਸਰਕਾਰਾਂ ਹੋਣਗੀਆਂ ਜਿਨ੍ਹਾਂ ਨੇ ਇੱਕ ਮੱਛਰ ਕਰਕੇ ਇੱਕ ਬੰਦਾ ਫਾਇਰ ਕਰਤਾ। ਪਰ ਚਲੋ, ਇੱਕ ਮਨ ਵਿੱਚ ਬਹੁਤ ਹੋਰ ਗੱਲਾਂ ਨੇ, ਆਪਾਂ ਨੇ ਨਾਲ ਅੱਜ ਉੱਥੋਂ ਦੇ ਗੈਸਟ ਜੋੜਨਗੇ ਜਿਹੜੇ ਡਾਕਟਰ ਪ੍ਰਭਜੋਤ ਜੀ ਹੋਣਗੇ, ਅਤੇ ਮੋਨਿਕਾ ਗਿੱਲ ਜਿਹੜੇ ਐਕਟਿੰਗ ਦੇ ਵਿੱਚ ਵੀ ਕਾਫੀ ਸਰਗਰਮ ਰਹੇ ਨੇ, ਅਤੇ ਉਹਨਾਂ ਨਾਲ ਕੁਮਲ ਚੌਹਾਨ ਵੀ ਜੁੜੇਗੀ, ਆਪਾਂ ਇਹਨਾਂ ਨਾਲ ਗੱਲਾਂ ਕਰਾਂਗੇ। ਪਰ ਜਿਹੜੀ ਆਪਣੀ ਟਿਕ ਟਿਕ ਸੂਈ ਆ ਇਹ ਬੰਦ ਨਹੀਂ ਹੁੰਦੀ, ਇਹ ਭੱਜੀ ਜਾਂਦੀ ਆ, 10 ਮਿੰਟ ਕਦੋਂ ਜੋਸ਼ ਵਿੱਚ ਲੰਘ ਗਏ ਪਤਾ ਨਹੀਂ ਲੱਗਿਆ। ਅਤੇ ਦਿਓ ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਆਪਾਂ ਫਿਰ ਇਹੀ ਸਿਲਸਿਲਾ ਗੱਲਬਾਤ ਜਾਰੀ ਕਰਾਂਗੇ ਕਿ ਇੱਥੇ ਦੇ ਬੱਚੇ ਜਿਹੜੇ ਕੀ ਸੋਚਦੇ ਨੇ। ਛੋਟੀ ਜਿਹੀ ਬ੍ਰੇਕ ਤੋਂ ਮਿਲਦੇ ਹਾਂ।
ਉਹੀ ਆਪਣਾ ਖੱਟਾ ਮਿੱਠਾ ਪਰਿਵਾਰ ਲੈ ਕੇ ਕਿ ਜਿਹੜੀਆਂ ਗੱਲਾਂ ਉਹੀ ਨੇ ਆਪਣੀਆਂ ਕਿ ਆਪਾਂ ਇੱਥੇ ਬਾਰੇ ਕੀ ਸੋਚਦੇ ਹਾਂ, ਇੰਡੀਆ ਬਾਰੇ ਕੀ ਸੋਚਦੇ, ਕੀ ਜਾਣਾ ਚਾਹੁੰਦੇ ਹਾਂ ਕਿ ਨਹੀਂ ਜਾਣਾ ਚਾਹੁੰਦੇ। ਪਰ ਜਿਹੜੇ ਇੱਥੇ ਦੇ ਬੱਚੇ ਨੇ ਉਹਨਾਂ ਦੇ ਵੀ ਕੁਛ ਸਵਾਲ ਨੇ, ਉਹ ਕਿੱਦਾਂ ਦੇਖਦੇ ਨੇ ਸਾਰੀ ਸਿਚੁਏਸ਼ਨ ਨੂੰ ਜੋ ਸਿਚੁਏਸ਼ਨ ਇੰਡੀਆ ਦੇ ਵਿੱਚ ਚੱਲਣ ਡਈ ਆ। ਤੇ ਉਹਦੇ ਨਾਲ ਆਪਾਂ ਹੁਣ ਆਪਣੇ ਕਾਲਰ ਜੋੜਾਂਗੇ, ਆਪਣੇ ਲਾਈਵ ਜੁੜੇ ਹੋਏ ਨੇ ਡਾਕਟਰ ਪ੍ਰਭਜੋਤ ਸਿੰਘ ਜੀ ਕੈਲੀਫੋਰਨੀਆ ਤੋਂ। ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਤੁਹਾਡਾ। ਡਾਕਟਰ ਸਾਹਿਬ ਤੁਸੀਂ ਪਹਿਲਾਂ ਤਾਂ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਟਾਈਮ ਕੱਢਿਆ, ਕਿਉਂਕਿ ਡਾਕਟਰੀ ਵਰਲਡ ਦੇ ਵਿੱਚ ਟਾਈਮ ਘੱਟ ਹੁੰਦਾ, ਤੁਸੀਂ ਜਸਰੀ ਵੀ ਟਾਈਮ ਕੱਢਿਆ ਕਿ ਜੁੜੇ ਆ। ਤੁਸੀਂ ਇੱਥੇ ਦੇ ਆਫਿਸ ਵੀ ਪੜ੍ਹ ਕੇ ਡਾਕਟਰ ਬਣੇ ਹੋ ਤੇ ਨੌਲੇਜ ਵੀ ਰੱਖਦੇ ਹੋਵੋਗੇ, ਫਿਰ ਮੈਨੂੰ ਜਿੱਥੇ ਤੱਕ ਪਤਾ ਤੁਸੀਂ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹੋ ਇਹ ਸਾਰੀ ਸਿਚੁਏਸ਼ਨ। ਪਹਿਲਾਂ ਤੁਸੀਂ ਦੱਸੋ ਵੀ ਤੁਸੀਂ ਕਿਹੜੀ ਸਟੇਟ, ਕਿਹੜੀ ਸਿਟੀ, ਕਿੱਥੇ ਰਹਿੰਦੇ ਹੋ, ਮੰਮੀ ਡੈਡੀ ਕੀ ਕਰਦੇ ਨੇ, ਪਰਿਵਾਰ ਕੀ ਕਰਦਾ? ਅੱਛਾ ਜੀ, ਅਸੀਂ ਬੇ ਏਰੀਆ ਚੋਂ ਆ, ਕੈਲੀਫੋਰਨੀਆ ਵਿੱਚ, ਤੇ ਡੈਡੀ ਇੰਜੀਨੀਅਰ, ਮਮ ਟੀਚਰ ਆ ਜੀ। ਇੱਥੇ ਅਸੀਂ ਜੰਪ ਵਾਲਾ ਇੱਥੇ ਦੇ ਹੀ ਆ, ਇੱਥੇ ਜੰਮੇ ਆ ਤੇ ਇੱਥੇ ਪਲੇ ਆ, ਤੇ ਇਹੀ ਸਾਡਾ ਬੈਕਗ੍ਰਾਉਂਡ ਹੈ ਜੀ। ਤੇ ਤੁਸੀਂ ਆ ਡਾਕਟਰੀ ਫੀਲਡ ਦੇ ਵਿੱਚ ਤੁਸੀਂ ਦੱਸਿਆ ਸੀ ਕਿ ਤੁਸੀਂ ਇਸ ਪਾਸੇ ਫਿਨਿਸ਼ ਕਰ ਰਹੇ ਹੋ ਆਪਣੀ ਡਾਕਟਰੀ। ਹਾਂਜੀ, ਤੇ ਉਹ ਸਾਡਾ ਜਿਹੜੀ ਡਿਗਰੀ ਆ ਉਹ ਇਟਸ ਇਨ ਐਜੂਕੇਸ਼ਨਲ ਲੀਡਰਸ਼ਿਪ, ਸੋ ਆਈ ਹੈਵ ਅ ਡਾਕਟਰ ਇਨ ਐਜੂਕੇਸ਼ਨਲ। ਇਹ ਮੈਡੀਕਲ ਵਾਲੀ ਡਾਕਟਰੀ ਨਹੀਂ ਹੈਗੀ, ਇਹ ਐਜੂਕੇਸ਼ਨ ਫੀਲਡ ਦੇ ਵਿੱਚ ਜਿਹੜੀ ਵੱਖਰੀਆਂ ਵੱਖਰੀਆਂ ਟੌਪਿਕਾਂ ਹੁੰਦੀਆਂ ਉਹਦੇ ਉੱਪਰ ਅਸੀਂ ਆਪਣੀ ਡਿਗਰੀ ਡਾਕਟਰੇਟ ਕੀਤੀ ਆ, ਸੋ ਤਾਂ ਕਰਕੇ ਟਾਈਟਲ ਉਹੀ ਆ, ਪਰ ਮੈਡੀਕਲ ਡਾਕਟਰ ਨਹੀਂ ਹੈਗੇ। ਡੈਮੋਕ੍ਰੇਸੀ ਹੈ, ਆਪਾਂ ਕਿਸੇ ਵੀ ਆਫਿਸ ਦਾ ਪਤਾ ਕਰਨਾ ਜਾਂ ਕਿਸੇ ਬਾਰੇ ਇਨਫੋਰਮੇਸ਼ਨ ਲੈਣੀ ਆ ਜਾਂ ਕੋਈ ਵੀ ਆਪਣਾ ਲੀਗਲ ਕੰਮ ਆ, ਇਹ ਦੱਸੋ ਇੱਥੇ ਕਿੰਨਾ ਆਸਾਨੀ ਨਾਲ ਹੁੰਦਾ ਕਿ ਕੋਈ ਤੰਗੀ ਆਉਂਦੀ ਕਿ ਨਹੀਂ ਆਉਂਦੀ? ਸਾਨੂੰ ਕੋਈ ਦਿੱਕਤ ਨਹੀਂ ਆਉਂਦੀ, ਜਿਹੜੀ ਵੀ ਗੱਲ ਹੁੰਦੀ ਆ ਅਸੀਂ ਰਸਤੇ ਦੇ ਦੌਰਾਨ ਅਸੀਂ ਆਪਣਾ ਕੰਮ ਕਰ ਸਕਦੇ ਹਾਂ। ਜੇ ਪੁਲਿਸ ਨੂੰ ਫੋਨ ਕੀਤਾ ਸਾਨੂੰ ਇਹ ਇੰਨਾ ਕੁ ਯਕੀਨ ਹੈਗਾ ਵੀ ਪੁਲਿਸ ਸਾਡਾ ਸਾਥ ਦੇਊਗੀ, ਲੇਕਿਨ ਜੋ ਅਸੀਂ ਇੰਡੀਆ 'ਚ ਦੇਖਦੇ ਹਾਂ ਤੇ ਦੇਖਦੇ ਆ ਰਹੇ ਹਾਂ, ਇਸ ਵੇਲੇ ਜੋ ਉਹਨਾਂ ਨੇ ਫਾਰਮਲ ਬਿੱਲ ਪੈਸ ਕੀਤੇ ਆ ਤੇ ਮੋਦੀ ਸਰਕਾਰ ਨੇ ਪੈਸ ਕੀਤੇ ਆ, ਲੇਕਿਨ ਸਾਡੀ ਕੌਮ ਨਾਲ ਤਾਂ ਇਹ ਪਿਛਲੇ 30-40-50 ਸਾਲਾਂ ਤੋਂ ਚੱਲ ਹੀ ਰਿਹਾ। ਸਾਨੂੰ ਪਤਾ ਹੈ ਵੀ ਅਸੀਂ ਪੁਲਿਸ ਨੂੰ ਜੇ ਫੋਨ ਕੀਤਾ ਸਾਨੂੰ ਇਸ ਚੀਜ਼ ਦਾ ਧਿਆਨ ਰੱਖਣਾ ਪੈਣਾ ਵੀ ਪੁਲਿਸ ਕਿਹਦੇ ਆਲਦੀ ਆ ਤੇ ਪੁਲਿਸ ਨੇ ਸਾਨੂੰ ਤਾਂ ਨਹੀਂ ਕੁਛ ਕਰ ਦੇਣਾ। ਸੋ ਇਨ ਅ ਡੈਮੋਕ੍ਰੇਸੀ ਵਨ ਵੀ ਆਰ ਟਾਕਿੰਗ ਅਬਾਊਟ ਫਰੀਡਮ ਆਫ ਸਪੀਚ, ਵਨ ਵੀ ਆਰ ਟਾਕਿੰਗ ਅਬਾਊਟ ਦ ਫਰੀਡਮ ਆਫ ਰਿਲੀਜਨ, ਅਸੀਂ ਇਸ ਵੇਲੇ ਉਹ ਦੇਖ ਰਹੇ ਹਾਂ ਜੋ ਅਸੀਂ 84 'ਚ ਪਹਿਲਾਂ ਵੀ ਦੇਖ ਰਹੇ ਹਾਂ ਵੀ ਜੋ ਜੇ ਅਸੀਂ ਗੌਰਮੈਂਟ ਦੇ ਖਿਲਾਫ਼ ਕੁਛ ਕਿਹਾ ਜਾਂ ਕੀਤਾ ਗੌਰਮੈਂਟ ਨੇ ਚੱਕ ਕੇ ਡੱਕ ਲੈਣਾ ਤੁਹਾਨੂੰ, ਤੇ ਬਾਅਦ 'ਚੋਂ ਤੁਹਾਨੂੰ ਹੀ ਬੁਰਾ ਬਣਾ ਦੇਣਾ, ਤੁਸੀਂ ਆਤੰਕਵਾਦੀ ਆ ਤੇ ਤੁਸੀਂ ਕੁਛ ਵਾਇਲੈਂਟ ਆ, ਤੁਸੀਂ ਏਦਾਂ ਦਾ ਕੁਛ ਕੀਤਾ। ਨਿਸ਼ਾਨ ਸਾਹਿਬ ਦਾ ਲੈ ਲਓ, ਜਦੋਂ ਚੀਨ ਤੇ ਭੇਜਣਾ ਹੁੰਦਾ ਨਿਸ਼ਾਨ ਸਾਹਿਬ ਅੱਗੇ ਜਾ ਕੇ ਆਪਣੇ ਜਵਾਨ ਮਰਦੇ ਆ, ਪਰ ਜਦੋਂ ਉਹੀ ਨਿਸ਼ਾਨ ਸਾਹਿਬ ਲਾਲ ਕੇ ਤੇ ਝੁਲਦਾ ਤਾਂ ਕਹਿੰਦੇ ਆਤੰਕਵਾਦੀ ਆ। ਸੋ ਇਹ ਜਿਹੜਾ ਡਬਲ ਸਟੈਂਡਰਡ ਆ ਇਹ ਇੰਡੀਅਨ ਗੌਰਮੈਂਟ ਨੇ ਕ੍ਰੀਏਟ ਕੀਤਾ, ਮੋਦੀ ਗੌਰਮੈਂਟ ਨੇ ਵੀ ਰੀਇਨਫੋਰਸ ਕੀਤਾ, ਮੋਦੀ ਗੌਰਮੈਂਟ ਨਾਲ ਹੋਰ ਚੱਲ ਰਿਹਾ। ਸਾਨੂੰ ਇਹ ਨੀਤੀ ਸਮਝ ਨਹੀਂ ਪੈਣੀ ਆ ਵੀ ਦ ਡਿਵਾਈਡ ਐਂਡ ਕੰਕਰ ਨੀਤੀ, ਵੀ ਪਹਿਲਾਂ ਲੋਕਾਂ ਨੂੰ ਵੱਖਰੇ ਕਰੋ ਧਰਮ ਦੇ ਹਿਸਾਬ ਨਾਲ, ਫਿਰ ਲੋਕਾਂ ਨੂੰ ਵੱਖਰੇ ਕਰੋ ਜਾਤ ਦੇ ਹਿਸਾਬ ਨਾਲ, ਕਿਹੜਾ ਕਿਹੜੇ ਕੈਸਟ ਦੇ ਆ, ਤੇ ਫਿਰ ਲੋਕਾਂ ਨੂੰ ਕਰੋ ਵੀ ਇਹ ਤੁਸੀਂ ਪੰਜਾਬ ਤੋਂ ਆ, ਤੁਸੀਂ ਹਰਿਆਣੇ ਆ ਤੋਂ ਆ, ਤੁਸੀਂ ਰਾਜਸਥਾਨ ਤੋਂ ਆ, ਵੱਖਰੇ ਵੱਖਰੇ ਰੀਜਨ ਦੇ ਤੌਰ ਤੇ ਤੁਸੀਂ ਉਹਨਾਂ ਨੂੰ ਡਿਵਾਈਡ ਕਰੋ, ਫਿਰ ਉਹਨਾਂ ਨੂੰ ਕੌਂਕਰ ਕਰੋ। ਲੇਕਿਨ ਸਿੱਖ ਕੌਮ ਨਾਲ ਇੱਦਾਂ ਆ ਵੀ ਸਿੱਖ ਕੌਮ ਆਪਣੀ ਰਾਜ ਕਰਨ ਵਾਲੀ ਕੌਮ ਆ, ਤੇ ਹਾਲੇ ਵੀ ਤਿੱਬਤ 'ਚ ਇੱਦਾਂ ਦੀ ਜਗ੍ਹਾ ਹੈਗੀ ਆ ਵੀ ਜਿਹੜੀ ਚੀਨ ਵਾਲੀ ਗੌਰਮੈਂਟ ਕਹਿੰਦੀ ਵੀ ਅਸੀਂ ਇੰਡੀਆ ਨਾਲ ਕੋਈ ਸਮਝੌਤੇ ਨਹੀਂ ਕੀਤੇ, ਅਸੀਂ 1885 ਦੇ ਲੈ ਕੇ ਅਸੀਂ ਮਹਾਰਾਜਾ ਰਣਜੀਤ ਸਿੰਘ ਨਾਲ ਸਮਝੌਤੇ ਕੀਤੇ ਵਾ, ਤੇ ਜੇ ਖਾਲਸਾ ਰਾਜ ਆਊਗਾ ਤਾਂ ਅਸੀਂ ਉਹਨਾਂ ਨੂੰ ਦੇਵਾਂਗੇ ਮੁੜ ਕੇ, ਨਹੀਂ ਤਾਂ ਇਹ ਇੰਡੀਆ ਦਾ ਕੋਈ ਇਹਦੇ ਨਾਲ ਲੈਣ ਦੇਣ ਨਹੀਂ ਹੈਗਾ। ਸੋ ਜਿਹੜੀ ਸਿੱਖ ਕੌਮ ਆ ਰਾਜ ਮੰਨਣ ਵਾਲੀ ਕੌਮ ਆ, ਤੇ ਉਹਨਾਂ ਨੂੰ ਦੱਬਣ ਦੀ ਕੋਸ਼ਿਸ਼ ਕਰੋਗੇ, ਉਹਨਾਂ ਨੇ ਤੁਹਾਡੇ ਖਿਲਾਫ਼ ਫਿਰ ਜ਼ਰੂਰ ਮੁਜ਼ਾਹਰਾ ਪੇਸ਼ ਕਰਨਾ ਅਤੇ ਤੁਹਾਡੇ ਖਿਲਾਫ਼ ਜ਼ਰੂਰ ਕੋਈ ਐਕਸ਼ਨ ਲੈਣੀ ਆ, ਅਤੇ ਉਹ ਅਸੀਂ ਹੁਣ ਦੇਖ ਰਹੇ ਹਾਂ ਵੀ 2% ਨਾਲੋਂ ਘੱਟ ਜਿਹੜੀ ਕੌਮ ਹੋਵੇ ਉਹਨਾਂ ਦੇ ਅਗੇਂਸਟ ਤੁਸੀਂ ਸਪੈਸੀਫਿਕਲੀ ਉਹਨਾਂ ਨੂੰ ਟਾਰਗੇਟ ਕਰਕੇ ਉਹਨਾਂ ਦੇ ਖਿਲਾਫ਼ ਤੁਸੀਂ ਫਾਰਮਰ ਬਿੱਲ ਪਾਸ ਕਰੋਗੇ, ਤਾਂ ਫਿਰ ਪੰਜਾਬ 'ਚੋਂ ਜਿਹੜੀ ਲਹਿਰ ਉੱਠੀ ਆ, ਹਰਿਆਣੇ ਤੋਂ ਜਿਹੜੀ ਲਹਿਰ ਉੱਠੀ ਆ, ਦਿੱਲੀ ਤੱਕ ਜਿਹੜੀ ਪਹੁੰਚੀ ਆ, ਉਹ ਅਸੀਂ ਦੇਖ ਰਹੇ ਹਾਂ, ਪਰ ਨਾਲ ਅੱਜ ਪੂਰਾ ਦੇਸ਼ ਜੁੜਿਆ ਆ ਨਾਲ। ਸੋ ਦਿਸ ਇਜ਼ ਨਾਟ ਅਬਾਊਟ ਐਨੀ ਰਿਲੀਜਨ, this is not about any caste, this is not about any faith,
ਸਾਰੇ ਯੂਨਾਈਟਿਡ ਆ ਕਿਉਂਕਿ ਸਾਰਿਆਂ ਨੂੰ ਪਤਾ ਪਏ ਅਸੀਂ ਦੱਬ ਹੋ ਰਹੇ ਹਾਂ। ਜੇ ਦਲਿਤ ਕਮਿਊਨਿਟੀ ਨੂੰ ਲੈ ਲਓ, ਉਹਨਾਂ ਨੂੰ ਵੀ ਅਹਿਸਾਸ ਆ ਪੂਰਾ ਭਾਈ ਅਸੀਂ ਦੱਬ ਹੋ ਰਹੇ ਹਾਂ। ਲੇਕਿਨ ਪੰਜਾਬੀਆਂ ਤੇ ਸਿੱਖਾਂ 'ਚ ਇਹ ਫਰਕ ਆ ਵੀ ਜਿਹੜੀ ਰਾਜ ਮੰਨਣ ਵਾਲੀ ਕੌਮ ਹੋਵੇ, ਜਿਹੜੀ ਸੋਵਰਨ ਕੌਮ ਹੋਵੇ, ਉਹਨਾਂ ਨੂੰ ਏਦਾਂ ਦੱਬਣਾ ਬਹੁਤ ਔਖਾ ਹੋ ਜਾਂਦਾ। ਤਾਂ ਹੀ ਅਸੀਂ ਇੰਨਾ ਵੱਡਾ ਆਪੋਜੀਸ਼ਨ ਦੇਖ ਰਹੇ ਹਾਂ ਪੰਜਾਬ 'ਚ ਵੀ, ਦਿੱਲੀ 'ਚ ਵੀ ਐਂਡ ਅਰਾਊਂਡ ਦ ਵਰਲਡ। ਅਭੀ ਵੀ ਇਸ ਤਰ੍ਹਾਂ ਤੁਸੀਂ ਇੱਕ ਮਿੰਟ ਹੋਲਡ ਰੱਖਿਓ, ਆਪਾਂ ਇੱਕ ਕਾਲਰ ਲੈਂਦੇ ਨੇ, ਮੈਨੂੰ ਲੱਗਾ ਆਂਟੀ ਜੀ ਤੁਹਾਨੂੰ ਕੁਐਸਚਨ ਪੁੱਛਣਾ ਚਾਹੁੰਦੇ ਨੇ, ਇਹ ਹੋਲਡ ਰੱਖਿਓ। ਹਾਂਜੀ ਆਂਟੀ ਜੀ, ਤੁਹਾਡਾ ਸਵਾਗਤ ਹੈ ਜੀ ਜਸ ਟੀਵੀ ਤੇ, ਤੁਸੀਂ ਆਨਲਾਈਨ ਆਨ ਏਅਰ ਹੋ ਜੀ। ਥੈਂਕ ਯੂ ਬੇਟੇ, ਤੁਸੀਂ ਮੇਰਾ ਫੋਨ ਲਿਆ ਤੇ ਮੈਂ ਵੀ ਇਹ ਬੇਟਾ ਗੱਲ ਕਰ ਰਿਹਾ ਸੀ ਨਾ, ਮੈਂ ਸੁਣ ਰਹੀ ਸਾਂ ਜੀ। ਇੱਥੋਂ ਦੀ ਆਪਾਂ ਜਿੱਥੇ ਵਸ ਰਹੇ ਹਾਂ, ਇੱਥੋਂ ਦੀ ਪੁਲਿਸ ਤੇ ਉੱਥੋਂ ਦੀ ਪੁਲਿਸ ਦਾ ਕਿੰਨਾ ਕਿੰਨਾ ਫਰਕ ਹੈ, ਕਿੰਨਾ ਫਰਕ ਹੈ। ਹੁਣ ਤੁਸੀਂ ਸਵੇਰੇ ਮੈਂ ਯੂਟਿਊਬ ਚ ਵੇਖ ਰਹੀ ਸਾਂ, ਇੰਨੀ ਪੁਲਿਸ ਤੇ ਆਰਮੀ ਫੌਜੀ ਤੇ ਭੱਜੇ ਫਿਰ ਡੰਡੇ ਲੈ ਕੇ, ਤੇ ਇੱਥੇ ਵੇਖ ਲਾ ਕਿਸੇ ਨੂੰ ਕੋਈ ਡੰਡਾ ਨਹੀਂ ਮਾਰ ਸਕਦਾ, ਥੱਪੜ ਨਹੀਂ ਮਾਰ ਸਕਦਾ। ਇਹਨਾਂ ਕੰਟਰੀਆਂ ਵਿੱਚ ਵੇਖ ਲਾ ਤਾਂ ਹਰ ਚੀਜ਼ ਜਿਹੜੀ ਕੰਟਰੋਲ ਦੇ ਅੰਦਰ, ਕਾਨੂੰਨ ਚੰਗੇ ਨੇ ਤੇ ਆਪਾਂ ਵੀ ਖੁਸ਼ ਵੱਸ ਰਹੇ ਹਾਂ ਤੇ ਉਹ ਵੀ ਆਪਣੀ ਜਗ੍ਹਾ ਤੇ ਖੁਸ਼ ਵੱਸ ਰਹੇ ਨੇ। ਹੁਣ ਤੁਸੀਂ ਵੇਖੋ ਜੇ ਨਿਸ਼ਾਨ ਕਿਸਾਨੀ ਝੰਡੇ ਦੇ ਨਾਲ ਇੱਕ ਨਿਸ਼ਾਨ ਆਪਣਾ ਕੇਸਰੀ ਝੰਡਾ ਵਿੱਚ ਇੱਕ ਜਗ੍ਹਾ ਰੱਖਿਆ ਗਿਆ ਤੇ ਹੋਇਆ ਵੀ ਕੀ ਇਸ ਚੀਜ਼ ਨੂੰ? ਮੈਂ ਤਾਂ ਨਹੀਂ ਸਮਝਦੀ ਕੁਛ ਵੀ। ਚਲੋ ਜੇ ਕਿਸਾਨੀ ਝੰਡਾ ਲੱਗਾ ਤੇ ਨਾਲ ਬੱਚਿਆਂ ਨੇ ਦੂਜਾ ਵੀ ਰੱਖ ਦਿੱਤਾ ਹੈ, ਤੇ ਜਿਹੜਾ ਆਪਣਾ ਇੰਟਰਨਲ ਨਿਸ਼ਾਨ ਲਾਇਆ ਨੇ ਝੰਡਾ, ਉਹ ਤਾਂ ਦੂਰ ਖੜਾ ਹੈ। ਉਹਨੂੰ ਕੀ ਕਨੈਕਸ਼ਨ, ਉਹਨੂੰ ਕੀ ਕਰੰਟ ਵੱਜ ਗਿਆ ਬਈ? ਤੇ ਹੁਣ ਵੇਖ ਤੁਸੀਂ ਚੰਗੇ ਚੰਗੇ ਮੁੰਡੇ ਫੜ ਫੜ ਕੇ ਅੰਦਰ ਦਿੱਤੀ ਜਾਂਦੇ ਨੇ, ਉਧਰੋਂ ਪੁਲਿਸ ਡੰਡੇ ਮਾਰੀ ਜਾਂਦੀ, ਉਧਰੋਂ ਕੁਛ ਹੋ ਰਿਹਾ ਹੈ। ਹੁਣ ਆਪਾਂ ਇੱਥੇ ਆ ਗਏ, ਆਪਾਂ ਇੱਕ ਮੈਂ ਸੱਚੀ ਪੁੱਛੋ ਤਾਂ ਆਪਾਂ ਇੱਕ ਸੁਰਗ ਜਗ੍ਹਾ ਤੇ ਬੈਠੇ ਆ, ਆਪਣਾ ਸਭ ਚੰਗੇ ਰਸਤੇ ਤੁਰ ਰਹੇ ਆ, ਚੰਗਾ ਉਹਦਾ ਕਮਾ ਰਹੇ ਆ, ਚੰਗੀ ਜਿਵੇਂ ਉਹਨਾਂ ਦਾ ਕਾਨੂੰਨ ਹੈ ਆਪਾਂ ਨਾਲ ਫਾਲੋ ਕਰ ਰਹੇ ਹਾਂ। ਹੁਣ ਉੱਥੇ ਵੀ ਤਾਂ ਕਰਨ, ਜੇ ਉੱਥੇ ਕਰਨ ਲਈ ਤਾਂ ਮੰਨਦੇ ਤਾਂ ਕੋਈ ਨਾ ਉਹਨਾਂ ਦਾ। ਹੁਣ ਤੁਸੀਂ ਇੱਕ ਇੱਕ ਬੰਦਾ, ਇੱਕ ਇਨਸਾਨ ਆਪਣਾ ਰਾਜਾ ਹੈ। ਸਿਆਣੇ ਕਹਿੰਦੇ ਸੀ ਰਾਜਾ ਤੇ ਪ੍ਰਜਾ, ਪ੍ਰਜਾ ਮਤਲਬ ਲੋਕ, ਲੋਕਾਂ ਨੇ ਵੋਟਾਂ ਪਾਈਆਂ ਤੇ ਰਾਜਾ ਬਣਿਆ ਨਾ। ਹੁਣ ਇੱਕ ਇਨਸਾਨ ਆਪਣੇ ਸਾਰੇ ਵਰਲਡ ਨੂੰ ਅੱਗੇ ਲਾ ਕੇ ਬੈਠਾ ਹੈ, ਉਲਟਾ ਇੰਨੇ ਦਫਕਾੜੇ ਮਾਰ ਕੇ ਬੋਲਦਾ। ਇੱਥੇ ਇੱਕ ਵਾਰ ਟਰੰਪ ਨੇ ਮਾੜਾ ਜਿਹਾ ਕੀਤਾ ਹੈ ਨਾ, ਕਿੱਦਾਂ ਗੱਲ ਪਹੁੰਚ ਗਈ ਹੈ। ਹੁਣ ਉੱਥੇ ਉਹਨੂੰ ਕੋਈ ਝੂਠਾ ਕਰਦਾ ਹੀ ਨੀ, ਉਹਨੂੰ ਕੋਈ ਕਰਦਾ ਹੀ ਨੀ, ਠੇਸ ਪਹੁੰਚਦੀ ਹੀ ਨੀ ਉਹਨੂੰ, ਕੋਈ ਗੱਲ ਹੀ ਨਹੀਂ। ਕਈ ਕਈ ਤਾਂ ਬੰਦੇ ਆਪਣੇ ਵਿੱਚ ਨਾਲ ਸਾਂਝ ਪਾਈ ਉਹਨਾਂ ਦੇ ਅੰਦਰੋਂ ਅੰਦਰੀ। ਬਾਕੀ ਹੈਗਾ ਇਹ, ਤੁਹਾਨੂੰ ਪਤਾ ਹੀ ਹੈ ਸਾਰਾ, ਜਿਹੜੇ ਪ੍ਰਧਾਨ ਬੜੇ ਨੇ ਉੱਥੇ ਮੋਰਚੇ ਦੇ ਅੱਗੇ, ਤੇ ਕਈ ਵਿੱਚ ਬੰਦੇ ਜਿਹੜੇ ਨੇ ਨਾ ਅੰਦਰੋਂ ਅੰਦਰੀ ਖਿਲਾਫ ਨੇ। ਜਿਹੜਾ ਅਮਿਤ ਸ਼ਾਹ ਹੈ ਨਾ, ਸਭ ਤੋਂ ਮਾੜਾ ਬੰਦਾ, ਮੋਦੀ ਤੋਂ ਵੀ ਮਾੜਾ ਹੈ। ਉਹਦੇ ਨਾਲ ਰਲੇ ਹੁੰਦੇ ਆਪਣੇ ਯੰਗ ਬੰਦੇ ਅੰਦਰ ਫੜ ਕੇ ਦਿੱਤੇ ਨੇ। ਸਿੱਧੂ ਵੇਖ ਲਓ, ਬੜਾ ਅੱਛਾ ਬੰਦਾ ਹੈ, ਚੰਗੇ ਕੰਮ ਕਰਨ ਵਾਲੇ ਨੇ। ਹੋਰ ਇੰਨੇ 200, ਸਵੇਰੇ ਤਾਂ ਕਹਿੰਦਾ ਸੀ 200 ਬੰਦੇ ਦਾ, ਮੈਂ ਸੁਣ ਰਹੀ ਸੀ ਯੂਟਿਊਬ ਚ, ਪਤਾ ਨੀ ਕਿੱਥੇ ਹੈਗੇ ਨੇ, ਹੈ ਨਾ। ਲੰਗਰ ਦੀ ਸੇਵਾ ਕਰਨ ਜਾਣ ਲੱਗੇ ਤੇ ਉਹਨਾਂ ਨੂੰ ਫੜ ਕੇ ਜੇਲ੍ਹ ਚ ਦੇ ਤਾ, ਕੁੱਟ ਕੁੱਟ ਗਏ। ਇਹ ਜਿਹੜੀਆਂ ਚੀਜ਼ਾਂ ਨੇ, ਇਹਨਾਂ ਨੂੰ ਕਿਵੇਂ ਕਿਵੇਂ ਆਪਣੇ ਬਾਹਰ ਵਾਲੇ ਲੋਕ ਸਮਝਾਉਣ, ਜਾਂ ਬਾਹਰ ਵਾਲੇ ਲੋਕੀ ਕੁਛ ਨਾ ਕੁਛ ਕਰਨ। ਆਪਾਂ ਨੂੰ ਥੋੜਾ ਵਧਣਾ ਪਊਗਾ, ਥੋੜੇ ਵਰਗੇ ਯੰਗ ਯੂਥ ਨੂੰ ਮੋਹਰੇ ਲਿਆਉਣਾ ਪਊਗਾ ਵੀ ਭਾਈ ਆਹ ਗੱਲਾਂ ਸੱਚ ਨੇ ਤੇ ਆ ਝੂਠ ਨੇ। ਆਈ ਥਿੰਕ ਜੋ ਆਂਟੀ ਜੀ ਨੇ ਗੱਲ ਕੀਤੀ ਆ, ਡੈਮੋਕ੍ਰੇਸੀ ਦੇ ਜਿਹੜੇ ਰਾਈਟ ਹੁੰਦੇ ਆ, the freedom of speech, the freedom of religion, how police power is within bounds, I think pehla to nahi kadi india ch sige je tusi ohne corruption de hisab na dekho utthe pm to leke habaldar te level tak corruption hi corruption ya jinna nu maad ji authority aa jandi hai maad ji chaudhar aa jandi hai it's corruption so prime minister right now is qatleam vich oh guilty hai ਦਾ ਪ੍ਰਾਈਮ ਮਿਨਿਸਟਰ ਬਣਿਓ ਆ। ਅਮਿਤ ਸ਼ਾਹ ਦੀ ਤੁਸੀਂ ਗੱਲ ਕਰ ਲਓ, ਕਤਲੇਆਮ ਚ ਉਹ ਵੀ ਗਿਲਟੀ ਆ, ਆਪਣੇ ਜੱਜ ਨੂੰ ਉਹਨੇ ਮਰਾਇਆ, ਪੂਰੀ ਦੁਨੀਆ ਨੂੰ ਪਤਾ, ਲੇਕਿਨ ਉਹ ਉੱਥੇ ਹੋਮ ਮਿਨਿਸਟਰ ਬਣਿਓ ਆ। ਸੋ ਏਦਾਂ ਤੁਸੀਂ ਲੈ ਲਓ, ਵੀਵ ਸੀਨ ਦਿਸ ਇੰਦਰਾ ਗਾਂਧੀ, ਜਦੋਂ ਉਹਦਾ ਕੰਟਰੋਲ ਬਾਹਰ ਆ ਰਿਹਾ ਸੀ, ਸ਼ੀ ਕਾਲਡ ਪ੍ਰੈਜ਼ੀਡੈਂਟਸ ਰੂਲ ਐਂਡ ਉਹ ਕਹਿੰਦੀ ਵੀ ਸੈਂਟਰਲ ਗੌਰਮੈਂਟ ਤੁਹਾਡੇ ਤੇ ਹੁਕਮ ਕਰੂਗੀ, ਬਾਕੀ ਸਾਡੇ ਬੰਦਿਆਂ ਨੂੰ ਆਤੰਕਵਾਦੀ ਦੱਸ ਕੇ। ਜਿਹੜੀ ਵੀ ਚੀਜ਼ਾਂ ਆ, ਫਾਰਮਰ ਬਿੱਲ ਉਦੋਂ ਦੇ ਸ਼ੁਰੂ ਹੋਏ ਆ, ਫਾਰਮਰਸ ਰਾਈਟਸ ਸਟਾਰਟਡ ਬੈਕ ਦੈਨ, ਤੇ ਹੁਣ ਤਾਂ ਕਿ ਉਹਨਾਂ ਨੇ ਹੌਲੀ ਹੌਲੀ ਉਹਨੇ ਦੱਬਣ ਦੀ ਕੋਸ਼ਿਸ਼ ਕੀਤੀ ਆ।
ਤੇ ਸਾਡੇ ਬੰਦਿਆਂ ਨੂੰ ਆਤੰਕਵਾਦੀ ਕਹਿ ਕੇ ਸਾਡਾ ਕਤਲੇਆਮ ਕਰਕੇ, ਤੇ ਇਹ ਭੁੱਲ ਜਾਓ ਵੀ ਸਾਡਾ ਜਿਹੜਾ ਕਤਲੇਆਮ ਹੈ ਉਦੋਂ ਹੀ ਮੁੱਕ ਗਿਆ। ਸਾਡੇ ਹੁਣ ਤੱਕ ਨਿਆਣੇ ਜੇਲ੍ਹਾਂ 'ਚ ਡੱਕੀ ਜਾਂਦੇ ਆ। ਸਾਡੇ ਜੱਗੀ ਜੌਹਲ ਨੂੰ ਅਸੀਂ ਜੇ ਫਾਰਮਰ ਬਿੱਲ ਨੂੰ ਵੀ ਛੱਡੋ, 2017 'ਚ ਉਹਦਾ ਅਰੈਸਟ ਕਰਕੇ ਉਹਨੂੰ ਕੁੱਟ ਕੇ ਬਿਜਲੀ ਉਹਦੇ ਕਰੰਟ ਲਾ ਕੇ ਉਹ ਜੇਲ੍ਹ 'ਚ ਡੱਕਿਆ ਹੋਇਆ ਉਦੋਂ ਦਾ, ਤੇ ਸਾਨੂੰ ਲੱਗਦਾ ਵੀ ਅਸੀਂ ਆਜ਼ਾਦ ਹਾਂ, ਲੱਗਦਾ ਵੀ ਸਾਡੇ ਸਿਰ 'ਤੇ ਕੋਈ ਗੁਲਾਮੀ ਨਹੀਂ ਹੈਗੀ। So I think this is our fallacy. This is where we go wrong. Kyunki assi already acknowledge karde haan pe je assi koi India vich kam kita idan da sade kut paini hai. We've already adopted this victim's mentality. What we need to do is look at it from an outside perspective. Je India apne aap nu democracy kehndi hai, if it's truly a democracy, does it have the principles of a democracy, and has it ever had the principles of a democracy for that fact? So sanu eh dekhna pena ve democracy ta kadon kadi vi nahi sigi eh na 2021 ya thodi gal bilkul sahi aa democracy ta kadi sigi nahi sanu jadon azad hoye mili nahi aj tak lekin doctor sahab fir wapas utthe aj di gal ke jehda samaya aa oh aa sui jehdi tik tik karke chali jandi aa eh band nahi hundi te dhanwad tada jehda tusi jude ek vela ho gaya choti ji break da break to baad fir jude rahe ise tarah milde aa dhanwad tada ji ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹਾਂ ਇਹੀ ਸਿਲਸਿਲਾ ਗੱਲਾਂ ਲੈ ਕੇ ਆਪਣੇ ਫਿਕਰਮੰਦ ਜਦੋਂ ਬੰਦਾ ਹੁੰਦਾ ਹੈ ਉਹ ਗੱਲ ਕਰਦਾ ਜਿੱਥੋਂ ਤੁਸੀਂ ਜਿੱਥੇ ਤੁਹਾਡੇ ਪੇਰੈਂਟਸ ਜੁੜੇ ਨੇ ਜਾਂ ਤੁਸੀਂ ਜੁੜੇ ਨੇ ਆਪਾਂ ਇੰਡੀਆ ਦੇ ਨਾਲ ਪੰਜਾਬ ਨਾਲ ਜੁੜੇ ਹੋਏ ਹਾਂ ਫਿਕਰ ਤਾਂ ਹੁੰਦਾ ਜਦੋਂ ਕਿ ਤੁਹਾਨੂੰ ਪਤਾ ਲੱਗੇ ਕਿ ਤੁਹਾਡਾ ਸਾਰਾ ਕੁਝ ਜਾਣ ਵਾਲਾ ਜੇ ਉਹ ਇੱਥੇ ਵੀ ਹੋਵੇ ਤਾਂ ਵੀ ਆਪਾਂ ਨੂੰ ਫਿਕਰ ਹੁੰਦਾ ਕਿ ਆਪਣੇ ਘਰ ਦਾ ਕੀ ਹੋਊਗਾ, ਆਪਣੀ ਜੌਬ ਦਾ ਕੀ ਹੋਊਗਾ, ਆਪਣੀ ਪ੍ਰੋਪਰਟੀ ਟੈਕਸ ਦਾ ਕੀ ਹੋਊਗਾ ਜਾਂ ਆਪਣੇ ਬੱਚਿਆਂ ਦਾ ਕੀ ਹੋਊਗਾ। ਇਹ ਫਿਕਰ ਕਰਨਾ ਇਨਸਾਨ ਦੀ ਫਿਜ਼ਰਤ ਹੈ, ਇਨਸਾਨ ਨੂੰ ਜੇ ਇਨਸਾਨ ਆ ਤਾਂ ਉਹਨੇ ਫਿਕਰ ਤਾਂ ਕਰਨਾ ਹੀ ਹੈ। ਇੱਦਾਂ ਦੇ ਫਿਕਰਾਂ ਦੇ ਨਾਲ ਆਪਾਂ ਅੱਜ ਫਿਰ ਇੱਕ ਫਿਲਮੀ ਦੁਨੀਆ ਤੋਂ ਯੰਗ ਲੇਡੀ ਨੂੰ ਲੈ ਕੇ ਮੋਨਿਕਾ ਗਿੱਲ ਜਿਨ੍ਹਾਂ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਕਿ ਉਹਨਾਂ ਨੂੰ ਵੀ ਜ਼ਰੂਰ ਕੋਵਿਡ-19 ਕਰਕੇ ਜਾਂ ਜੋ ਸੰਘਰਸ਼ ਚੱਲ ਰਿਹਾ ਅਮਰੀਕਨ ਨੇ ਉਹਨਾਂ ਨੂੰ ਵੀ ਪ੍ਰੋਬਲਮਾਂ ਆਈਆਂ ਹੋਣਗੀਆਂ। ਆਪਾਂ ਉਹਨਾਂ ਤੋਂ ਪੁੱਛਦੇ ਹਾਂ, ਨਿੱਘਾ ਸਵਾਗਤ ਕਰਦੇ ਹਾਂ ਮੋਨਿਕਾ ਗਿੱਲ ਜੀ, ਤੁਹਾਡਾ ਨਿੱਘਾ ਸਵਾਗਤ ਹੈ ਜਸਟ ਟੀਵੀ ਤੇ। ਥੈਂਕ ਯੂ ਫਾਰ ਹੈਵਿੰਗ ਮੀ, ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ। ਮੋਨਿਕਾ ਜੀ, ਪਹਿਲਾਂ ਤਾਂ ਮੈਂ ਤੁਹਾਨੂੰ ਧੰਨਵਾਦ ਕਹੂੰਗਾ ਕਿ ਤੁਸੀਂ ਜਿਹੜਾ ਟਾਈਮ ਕੱਢਿਆ ਆਪਣੇ ਬਿਜ਼ੀ ਸਕੇਜੂਲ ਚੋਂ ਕਿ ਆ ਜਿਹੜੇ 15-20 ਮਿੰਟ ਟੀਵੀ ਤੇ ਕੱਢਣੇ ਔਖੇ ਹੋ ਜਾਂਦੇ ਨੇ, ਅੱਜ ਕੱਲ੍ਹ ਸਾਰੀ ਦੁਨੀਆ ਬਿਜ਼ੀ ਆ, ਅਤੇ ਆਪਣੇ ਬਾਰੇ ਜ਼ਰੂਰ ਦਰਸ਼ਕਾਂ ਨੂੰ ਦੱਸੋ ਕਿ ਤੁਸੀਂ ਕਿਹੜੀ ਸਟੇਟ 'ਚ ਰਹਿੰਦੇ ਹੋ, ਕੀ ਕਰਦੇ ਹੋ, ਮਾਪੇ ਕੀ ਕਰਦੇ ਨੇ, ਫੈਮਿਲੀ ਕੀ ਕਰਦੀ ਆ? ਜੀ ਮੈਂ ਬੋਸਟਨ ਮੈਸਾਚੂਸੈਟਸ ਰਹਿੰਦੀ ਆ। ਇਸ ਤੋਂ ਪਹਿਲਾਂ ਮੈਂ ਇੰਡੀਆ ਰਹਿੰਦੀ ਸੀਗੀ, ਫਿਰ ਮੇਰੀ ਮੰਗਣੀ ਹੋ ਗਈ ਤੇ ਇੱਥੇ ਮੂਵ ਹੋ ਗਈ। My mom is a loan officer, my dad is a retired engineer, and my fiance is a dentist. ਤੇ ਬਸ ਹੁਣ ਇਹੀ ਆ ਵੀ ਕੋਵਿਡ ਕਦੋਂ ਖਤਮ ਹੋਵੇ ਤੇ ਅਸੀਂ ਵਿਆਹ ਕਰੀਏ ਬਸ। ਮੈਨੂੰ ਲੱਗਦਾ ਤੁਸੀਂ ਤਾਂ ਕੋਵਿਡ ਦੀ ਜ਼ਿਆਦੀ ਛੇਤੀ ਲੈਣੀ ਵੇਟ ਕਰ ਰਹੇ ਹੋ ਵੀ ਜਲਦੀ ਨਹੀਂ ਜਲਦੀ ਹੋ ਜਾਵੇ ਉਹਨੇ ਜਲਦੀ ਵਿਆਹ ਹੋ ਜਾਵੇ। ਹਾਂਜੀ ਇਹੀ ਆ, ਮੈਂ ਇਕੱਲੀ ਨਹੀਂ, ਬਹੁਤ ਜਣਿਆਂ ਦੇ 2020 'ਚ ਵਿਆਹ ਪੋਸਟਪੋਨ ਹੋਏ ਸੀਗੇ। ਬਟ ਹੁਣ ਕਈ ਚੀਜ਼ਾਂ ਇੱਦਾਂ ਦੀ ਆਉਂਦੀਆਂ ਵੀ ਤੁਸੀਂ ਯੂ ਨੋ ਪਲਾਨ ਨਹੀਂ ਕਰ ਸਕਦੇ। ਇੱਕ ਤਾਂ ਕੋਵਿਡ ਹੋਇਆ, ਫਿਰ ਸਾਡਾ ਕਿਸਾਨਾਂ ਦਾ ਸੰਘਰਸ਼ ਹੋਇਆ, ਪਰ ਜਿੱਦਾਂ ਜਿੱਦਾਂ ਸਮਾਂ ਆ ਰਿਹਾ ਉਹਨਾਂ ਤੁਹਾਨੂੰ ਡੀਲ ਕਰਨਾ ਪੈਂਦਾ ਆ ਤੇ ਸਿੱਖਣਾ ਪੈਂਦਾ ਕਿੱਦਾਂ ਹੈਂਡਲ ਕਰੀਏ। ਫਿਲਮੀ ਦੁਨੀਆ ਵਿੱਚ ਜੁੜੇ ਹੋਏ ਹੋ, ਆਪਾਂ ਪੁੱਛਣਾ ਚਾਹੁੰਦੇ ਕਿ ਇਸ ਫੀਲਡ ਤੇ ਵੀ ਕਾਫੀ ਅਸਰ ਪਿਆ, ਜੇ ਦੇਖਿਆ ਜਾਵੇ ਤਾਂ ਕਈ ਫਿਲਮਾਂ ਨਹੀਂ ਸ਼ੂਟ ਕਰ ਸਕੇ ਜਾਂ ਕਈਆਂ ਦਾ ਕਰੀਅਰ ਹੀ ਖਤਮ ਹੋ ਗਿਆ। ਤੁਸੀਂ ਕਿਹਦੇ ਕਿਹਦੇ ਨਾਲ ਕੰਮ ਕੀਤਾ ਤੇ ਇਹਦੇ ਇਸ ਫੀਲਡ ਦੇ ਉੱਤੇ ਕੀ ਫਰਕ ਪਿਆ ਕਰੋਨਾ ਦਾ ਜਾਂ ਫਾਰਮਰ ਦਾ? ਜੀ ਮੈਂ ਜਿਵੇਂ ਲਾਂਚ ਹੋਈ ਸੀ ਦਿਲਜੀਤ ਨਾ, ਫਿਰ ਉਹ ਤੋਂ ਇਨ ਅੰਮ੍ਰਿਤਸਰੀਆ, ਉਹ ਤੋਂ ਬਾਅਦ ਕਪਤਾਨ ਚ ਕੰਮ ਕੀਤਾ ਜੁੱਤੀ ਗਰੇਵਾਲ ਨਾ, ਫਿਰ ਦਿਲਜੀਤ ਨਾ ਸਰਦਾਰ ਜੀ 2, ਏਮੀ ਨਾ ਸਤਿ ਸ਼੍ਰੀ ਅਕਾਲ ਇੰਗਲੈਂਡ, ਤੇ ਦੋ ਹਿੰਦੀ ਫਿਲਮਾਂ। ਬਟ ਪਰ ਮੇਰੀ ਮੰਗਣੀ 2018 ਚ ਹੋ ਗਈ ਸੀਗੀ, ਸੋ ਲਾਈਕ ਮੇਰਾ ਰਿਸ਼ਤਾ ਪੱਕਾ 2018 ਚ ਹੋ ਗਿਆ ਸੀ ਤੇ 2019 ਚ ਮੇਰਾ ਰੋਕਾ ਸੀਗਾ। ਰੋਕੇ ਤੋਂ ਬਾਅਦ ਸਾਡੇ ਇਹ ਆ ਵੀ ਕੁੜੀ ਘਰੋਂ ਬਾਹਰ ਨਹੀਂ ਜਾਂਦੀ, ਯੂਨੋ ਜਿੰਨਾ ਚਿਰ ਵਿਆਹ ਨਹੀਂ ਹੁੰਦਾ, ਸੋ 2019 ਚ ਮੈਂ ਕੋਈ ਨਵੀਂ ਫਿਲਮ ਨਹੀਂ ਸੀ ਕੀਤੀ। ਸੋ ਜਦੋਂ ਕੋਵਿਡ ਆਇਆ ਮੈਂ ਆਲਰੇਡੀ ਘਰੇ ਸੀਗੀ, ਸੋ ਮੈਨੂੰ ਤਾਂ ਜ਼ਿਆਦਾ ਇਫੈਕਟ ਨਹੀਂ ਹੋਇਆ, ਪਰ ਇਹ ਜ਼ਰੂਰੀ ਆ ਵੀ ਬਹੁਤ ਫਿਲਮਾਂ ਬੰਦ ਹੋਈਆਂ ਤੇ ਆਈ ਡੋਂਟ ਥਿੰਕ ਐਕਟਰਸ ਤੇ ਇੰਨਾ ਫਰਕ ਪਿਆ ਜਿੱਦਾਂ ਸਾਡੇ ਸਪਾਟ ਬੋਇਜ਼ ਐਂਡ
ਜਿਹੜੇ ਸਾਡੇ ਹੇਅਰ ਐਂਡ ਮੇਕਅਪ ਆਰਟਿਸਟ ਆ ਜਿੱਦਾਂ ਲਾਈਕ ਜਿੱਦਾਂ ਲੇਬਰ ਕਲਾਸ ਆ ਉਹਨਾਂ ਤੇ ਬਹੁਤ ਇਫੈਕਟ ਹੋਇਆ ਕਿਉਂਕਿ ਉਹ ਡੇ ਟੂ ਡੇ ਕਮਾਉਂਦੇ ਆ ਰਾਈਟ ਉਹਨਾਂ ਦੀ ਜਿੱਦਾਂ ਦਿਹਾੜੀ ਤੇ ਫਰਕ ਪੈਂਦਾ ਕਿਉਂਕਿ ਸਾਡਾ ਤਾਂ ਲੰਪ ਸਮ ਹੁੰਦਾ ਆ ਯੂ ਨੋ 30-40 lakh ਜਾਂ ਜਿੰਨਾ ਵੀ ਕੋਈ ਕਮਾਉਂਦਾ ਕੁੜੀਆਂ ਦਾ ਲਾਈਕ ਲੰਪ ਸਮ ਹੁੰਦਾ ਅਸੀਂ ਕਮਾ ਕੇ ਆਪਣੇ ਘਰੇ ਜਾਂਦੇ ਹਾਂ ਜਿਹੜੇ ਡੇ ਟੂ ਡੇ ਲੇਬਰਸ ਆ ਉਹਨਾਂ ਨੂੰ ਸਿਰਫ ਉਦੋਂ ਪੈਸੇ ਮਿਲਦੇ ਜਦੋਂ ਉਹ ਕੰਮ ਕਰਦੇ ਆ ਐਂਡ ਉਹਨਾਂ ਦੇ ਖਾਣ ਉਹਨਾਂ ਦੀ ਰੋਜ਼ੀ ਰੋਟੀ ਤੇ ਲੱਤ ਪਈ ਆ ਜ਼ਰੂਰ ਮੇਰਾ ਕੁਐਸਚਨ ਇੱਕ ਹੋਰ ਹੈ ਜੀ ਤੁਹਾਨੂੰ ਜਿਹੜਾ ਆਪਾਂ ਤੁਸੀਂ ਵੀ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਤੁਸੀਂ ਐਕਟਿਵ ਹੋ ਕਾਫੀ ਕਿ ਜਿਹੜਾ ਆਪਣੇ ਕੰਗਣਾ ਰਾਵਤ ਜਾਂ ਹੋਰ ਵੀ ਜਿੰਨੀ ਫਿਲਮ ਇੰਡਸਟਰੀ ਦੇ ਜੁੜੇ ਹੋਏ ਨੇ ਉਹ ਟਵੀਟ ਕਰ ਰਹੇ ਨੇ ਜਾਂ ਆਪਣੇ ਇੱਥੋਂ ਅਮਰੀਕਾ ਤੋਂ ਵੀ ਉਹਨੇ ਰਹਾਨਾ ਨੇ ਟਵੀਟ ਕਰਤਾ ਸੀ ਕਿ ਕੀ ਇਹ ਕਿਸਾਨਾਂ ਦੇ ਜਿਹੜੇ ਕੁਛ ਹੱਕ ਵਿੱਚ ਨੇ ਕੁਛ ਨਹੀਂ ਹੱਕ ਵਿੱਚ ਨੇ ਇਹ ਕੀ ਮਾਜਰਾ ਕਿ ਕਈ ਸਰਕਾਰ ਸੁਣਨ ਵਿੱਚ ਆਇਆ ਕਿ ਕਈ ਸਰਕਾਰ ਦੇ ਬੰਦੇ ਨੇ ਜਾਂ ਸਰਕਾਰ ਕਰਾ ਰਹੀ ਆ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਰਕਾਰ ਕਰਾ ਰਹੀ ਜਾਂ ਉਹ ਆਪਣੇ ਆਪ ਕਰ ਰਹੇ ਨੇ ਪਹਿਲੀ ਗੱਲ ਰਿਆਨਾ ਦਾ ਬਹੁਤ ਧੰਨਵਾਦ ਵੀ ਉਹਨੇ ਇਸ ਮੁੱਦੇ ਤੇ ਟਵੀਟ ਕੀਤਾ ਕਿਉਂਕਿ ਜਿਸ ਲੈਵਲ ਤੇ ਰਿਆਨਾ ਇਹ ਕਿਸਾਨ ਮੋਰਚੇ ਨੂੰ ਲੈ ਕੇ ਗਈ ਹੈ ਸਾਨੂੰ ਐਟਲੀਸਟ 1 saal ਲੱਗ ਜਾਣਾ ਸੀ ਜੇ ਅਸੀਂ ਇਕੱਲੇ ਅਸੀਂ ਕੋਸ਼ਿਸ਼ ਕਰਦੇ ਰਿਆਨਾ ਨੇ ਇੱਕਦਮ ਇਹਨੂੰ ਇੱਕ ਇੰਟਰਨੈਸ਼ਨਲ ਪਲੈਟਫਾਰਮ ਤੇ ਲਾਈਕ ਉੱਚਾ ਕਰਤਾ ਅੱਗੇ ਗੱਲ ਗਵਰਨਮੈਂਟ ਟਵੀਟ ਦੀ ਹਾਂ ਮੈਨੂੰ ਲੱਗਦਾ ਗਵਰਨਮੈਂਟ ਲੋਕਾਂ ਨੂੰ ਪੈਸੇ ਦਿੰਦੀ ਹੈ ਟਵੀਟ ਕਰਨ ਦੀ ਜੇ ਤੁਸੀਂ ਅਕਸ਼ੇ ਕੁਮਾਰ ਤੇ ਇੱਕ ਲੇਡੀ ਸੀਗੀ ਉਹਦੇ ਨਾਲ ਜਿਹਨੇ ਟਵੀਟ ਕੀਤਾ ਸੀ ਵਰਡ ਫਾਰ ਵਰਡ ਸੇਮ ਟਵੀਟ ਸੀਗੀ ਵਰਡ ਫਾਰ ਵਰਡ ਦੂਜੀ ਗੱਲ ਰਹੀ ਕੰਗਣਾ ਦੀ ਇੰਨੀ ਘਟੀਆ ਔਰਤ ਮੈਂ ਆਪਣੀ ਜ਼ਿੰਦਗੀ ਚ ਨਹੀਂ ਦੇਖੀ ਤੇ ਮੈਂ ਬਸ ਇਹ ਬੇਨਤੀ ਕਰੂੰਗੀ ਜਿਹਨਾਂ ਦੇ ਵੀ ਮੇਰੇ ਤੋਂ ਵੀ ਜ਼ਿਆਦਾ ਫਾਲੋਅਰਸ ਜਾਂ ਸੋਸ਼ਲ ਮੀਡੀਆ ਤੇ ਜਦੋਂ ਵੀ ਕੰਗਣਾ ਰਣੌਤ ਸਿੱਖੀ ਤੇ ਜਾਂ ਪੰਜਾਬ ਜਾਂ ਸਿੱਖੀ ਦੇ ਇਤਿਹਾਸ ਨੂੰ ਲੈ ਕੇ ਕੋਈ ਕਾਮੈਂਟ ਕਰਦੀ ਹੈ ਜਿਹੜਾ ਗਲਤ ਆ ਪਲੀਜ਼ ਤੁਸੀਂ ਉਹਨੂੰ ਕਰੈਕਟ ਕਰੋ ਨਹੀਂ ਤਾਂ ਉਹ ਇੱਕ ਨੈਰੇਟਿਵ ਬਣ ਜਾਂਦਾ ਆ ਤੇ ਜਦੋਂ ਉਹ ਨੈਰੇਟਿਵ ਬਣ ਜਾ ਸਾਨੂੰ ਤਾਂ ਪਤਾ ਕਿਉਂਕਿ ਸਾਡੇ ਯੂ ਨੋ ਦਾਦੀ ਦਾਦੀਆਂ ਨੂੰ ਸਾਨੂੰ ਸਿੱਖੀ ਸਿਖਾਈ ਆ ਅਸੀਂ ਗੁਰਦੁਆਰੇ ਯੂ ਨੋ ਸਿੱਖੀ ਕਲਾਸ ਲਈ ਹੈ ਸਾਨੂੰ ਸਾਡੀ ਹਿਸਟਰੀ ਦਾ ਪਤਾ ਪਰ ਜਿਹੜੇ ਸਾਡੇ ਨਿਆਣੇ ਆਉਣੇ ਆ ਉਹਨਾਂ ਨੂੰ ਕੀ ਪਤਾ ਵੀ ਅੱਛਾ ਜਿੱਦਾਂ ਨੇ ਕੰਗਣਾ ਨੇ ਆਨੰਦਪੁਰ ਰੈਜੋਲੂਸ਼ਨ ਵਾਲੇ ਗੱਲ ਕੀਤੀ ਸੀ ਵੀ ਲਾਈਕ ਇਟਸ ਅ ਡੈਕਲਰੇਸ਼ਨ ਆਫ ਇੰਡੀਪੈਂਡੈਂਸ ਸਾਡੇ ਨਿਆਣਿਆਂ ਨੂੰ ਕੀ ਪਤਾ ਵੀ ਉਹ ਯੂ ਨੋ ਪੰਜਾਬ ਦੇ ਪਾਣੀ ਨੂੰ ਲੈ ਕੇ ਸਿੱਖੀ ਦੀ ਇੱਕ ਅਲੱਗ ਆਈਡੈਂਟੀ ਨੂੰ ਲੈ ਕੇ ਯੂ ਨੋ ਇੱਕ ਲਿਖਿਆ ਗਿਆ ਸੀਗਾ ਸੋ ਇਹ ਚੀਜ਼ਾਂ ਸਾਨੂੰ ਜ਼ਰੂਰ ਇਹ ਜ਼ਰੂਰੀ ਹੈ ਵੀ ਜਦੋਂ ਵੀ ਕੋਈ ਕੰਗਣਾ ਵਰਗਾ ਜਾਂ ਉਹਦੇ ਜਿੰਨਾ ਇੱਕ ਕੋਈ ਹੋਰ ਬੰਦਾ ਸਿੱਖੀ ਨੂੰ ਜਾਂ ਪੰਜਾਬ ਨੂੰ ਲੈ ਕੇ ਗਲਤ ਗੱਲ ਕਰੇ ਉਹਨੂੰ ਕਰੈਕਟ ਕਰੀਏ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਨਹੀਂ ਤਾਂ ਸਾਡੀ ਹਿਸਟਰੀ ਸਭ ਤੋਂ ਵਿਛੜ ਜਾਣੀ ਆ ਤੁਹਾਨੂੰ ਮੈਂ ਪੁੱਛੂਗਾ ਕਿ ਜਿਹੜਾ ਕੁਐਸਚਨ ਮੇਰੇ ਵਿੱਚ ਤੁਹਾਡੇ ਗੱਲਾਂ ਕਰਦੇ ਤੇ ਮਨ ਦੇ ਵਿੱਚ ਆਇਆ ਕਿ ਤੁਸੀਂ ਕਿਹਾ ਕਿ ਤੁਸੀਂ ਮੈਰਿਜ ਬੇਸ ਤੇ ਜਾਂ ਇੱਥੇ ਡੈਂਟਿਸਟ ਦੇ ਨਾਲ ਮੈਰਿਜ ਹੋ ਗਈ ਇੱਥੇ ਆ ਗਏ ਇਹ ਕੀ ਰੀਜ਼ਨ ਹੈ ਕਿ ਜਿਹੜਾ ਆਪਣੇ ਪੰਜਾਬ ਦਾ ਜਾਂ ਪੂਰਾ ਇੰਡੀਆ ਦਾ ਯੂਥ ਬਾਹਰ ਨੂੰ ਭੱਜਣ ਲੱਗਿਆ ਹੋਇਆ ਸੋ ਮੈਂ ਤਾਂ ਮੇਰਾ ਫਿਆਂਸੇ ਅਸੀਂ ਤਾਂ ਇੱਥੇ ਦੇ ਬੋਰਨ ਆ ਬਟ ਇੰਡੀਆ 'ਚ ਪਤਾ ਕੀ ਆ ਇੱਕ ਤਾਂ ਐਜੂਕੇਸ਼ਨ ਪ੍ਰਾਈਵੇਟ ਹੋ ਗਈ ਆ ਸੋ ਜਿਹੜੀ ਆਮ ਜਨਤਾ ਆ ਜਿਹੜੇ ਫਾਰਮਰਸ ਆ ਉਹਨਾਂ ਜਿਨ੍ਹਾਂ ਤੋਂ ਕੋਲ 1-2 ਮੇ ਬੀ 5 acres ਆ ਇਹ ਪ੍ਰਾਈਵੇਟ ਐਜੂਕੇਸ਼ਨ ਅਫੋਰਡ ਨਹੀਂ ਕਰ ਸਕਦੇ ਤੇ ਜਿਹੜੀ ਪਬਲਿਕ ਯੂਨੀਵਰਸਿਟੀਜ਼ ਤੇ ਪਬਲਿਕ ਸਕੂਲ ਆ ਉਹਨਾਂ ਦੀ ਐਜੂਕੇਸ਼ਨ ਤੇ ਉਹਨਾਂ ਉੱਥੇ ਦੀ ਪੜ੍ਹਾਈ ਇੰਨੀ ਲਾਈਕ ਵਧੀਆ ਹੈ ਨਹੀਂ ਸੋ ਜਿੰਨਾ ਤੁਸੀਂ ਚੀਜ਼ ਨੂੰ ਪ੍ਰਾਈਵੇਟ ਕਰੋਗੇ ਉਹ ਜ਼ਿਆਦਾ ਮਹਿੰਗੀ ਹੋਈ ਜਾ ਰਹੀ ਹੈ ਤੇ ਮਹਿੰਗਾਈ ਕਰਕੇ ਇੱਕ ਐਜੂਕੇਸ਼ਨ ਇਜ਼ ਆਊਟ ਆਫ ਰੀਚ ਤੇ ਜਿੰਨਾ ਤੁਸੀਂ ਘੱਟ ਕਿਸੇ ਨੂੰ ਪੜ੍ਹਾਉਂਗੇ ਉਹਨਾਂ ਨੂੰ ਬਹੁਤ ਸੌਖਾ ਹੈ ਕੰਟਰੋਲ ਕਰਨਾ ਤੇ ਬ੍ਰੇਨ ਵਾਸ਼ ਕਰਨਾ ਕਿਉਂਕਿ ਉਹ ਐਨਾਲਿਟਿਕ ਕੈਪੇਬਿਲਿਟੀ ਟੂ ਥਿੰਕ ਉਹ ਚਲੇ ਜਾਂਦੀ ਆ ਦੂਜੀ ਚੀਜ਼ ਉੱਥੇ ਜੋਬ ਮਾਰਕੀਟ ਇੰਨਾ ਘਟ ਗਿਆ ਆ ਫੋਰ ਇੰਸਟੈਂਸ ਜੇ ਇਹ ਬਿੱਲਸ ਇਹਨਾਂ ਨੇ ਰੱਦ ਨਹੀਂ ਕੀਤੇ ਰਾਈਟ ਤੇ ਜੇ ਜਿੰਨੇ ਸਾਡੇ ਫਾਰਮਰਸ ਆ ਉਹਨਾਂ ਦੀ ਇਹਨਾਂ ਨੇ ਜੋ ਇਹ ਕੋਸ਼ਿਸ਼ ਕਰ ਰਹੇ ਵੀ ਜ਼ਮੀਨ ਛੀਨਣ ਇਹਨਾਂ ਜ਼ਮੀਨ ਛੀਨ ਲਈ ਉਹਨਾਂ ਨੇ ਕਰਨਾ ਕੀ ਆ ਕੋਈ ਜੋਬ ਹੋਰ ਹੈ ਨਹੀਂ ਇੰਡੀਆ 'ਚ ਕਾਰਪੋਰੇਟ ਮਾਰਕੀਟ ਹੈ ਨਹੀਂ ਇੰਡੀਆ 'ਚ ਇਕਾਨਮੀ ਹੈ ਨਹੀਂ ਇੰਡੀਆ 'ਚ ਇੱਥੇ ਜਦੋਂ ਇੱਦਾਂ ਦੇ ਬਿੱਲ ਪਾਸ ਕੀਤੇ ਸੀਗੇ ਬਹੁਤ ਅਮਰੀਕਾ 'ਚ ਜਿਹੜੇ ਛੋਟੇ ਫਾਰਮਰ ਸੀ ਉਹ ਵਾਈਪ ਆਊਟ ਹੋ ਗਏ ਸੀ ਪਰ ਉਹ ਛੋਟੇ ਫਾਰਮਰ ਆਪਣੀਆਂ ਜ਼ਮੀਨਾਂ ਵੇਚ ਕੇ ਜੋਬ ਕਰ ਸਕਦੇ ਸੀਗੇ ਉਹਨਾਂ ਨੇ ਆਪਣੀ ਜ਼ਿੰਦਗੀ ਸੰਭਾਲ ਲਈ ਸਾਡੇ ਇੰਡੀਆ 'ਚ ਕੀ ਪ੍ਰੋਬਲਮ ਆ ਵੀ ਉੱਥੇ ਹੋਰ ਕੁਛ ਕਰਨ ਨੂੰ ਹੈ ਹੀ ਨਹੀਂ ਉੱਥੇ ਕਰੂਗੇ ਕੀ ਨਾਲੇ ਇਹ ਜ਼ਰੂਰੀ ਆ ਵੀ ਲੋਕੀ ਕਹਿੰਦੇ ਆ ਲਾਈਕ ਜਦੋਂ ਵੀ ਜੱਟਾਂ ਦੇ ਘਰ ਮੁੰਡਾ ਪੈਦਾ ਹੁੰਦਾ ਜ਼ਮੀਨ ਵੱਢ ਹੁੰਦੀ ਆ ਰਾਈਟ ਸੋ ਲਾਈਕ ਬੰਦਾ 1 acre 'ਚ ਜਾਂ ਲਾਈਕ 2 acres 'ਚ ਕਿੰਨਾ ਕੁ ਕਮਾ ਲੂ ਕਿੰਨਾ ਕੁ ਕਰ ਲੂ ਉੱਪਰੋਂ ਪ੍ਰੈਡੇਟਰੀ ਲੈਂਡਿੰਗ ਹੈਬਿਟਸ ਜੇ ਇੰਡੀਆ 'ਚ ਜਦੋਂ ਬੈਂਕਸ ਲੋਨ ਦਿੰਦੀ ਆ ਉਹਨਾਂ ਦੇ ਇੰਟਰਸਟ ਰੇਟਸ ਰੈਗੂਲੇਟ ਕਰਨ ਲਈ ਕੋਈ ਲਾ ਰੂਲ ਨਹੀਂ ਹੈਗਾ ਤਾਂ ਕਰਕੇ ਸਾਡੇ ਫਾਰਮਰਸ ਡੈਟ ਰੁਲੀ ਜਾ ਰਹੇ ਆ ਬਿਕਾਜ਼ ਇੱਕ ਤਾਂ ਜਦੋਂ ਬੈਂਕਸ ਲੋਨ ਦਿੰਦੀ ਆ ਉਹ ਇਨਕਮ ਨਹੀਂ ਦੇਖਦੀ ਲੋਨ ਦੇ ਕੇ ਇੰਟਰਸਟ ਰੇਟਸ ਉਹ ਉੱਥੇ ਗੜਬੜੀ ਹੁੰਦੀ ਆ ਦੂਜੀ ਗੱਲ ਉਹ ਜਾਣ ਬੁੱਝ ਕੇ ਇੱਦਾਂ ਕਰਦੇ ਆ
ਐਕਚੁਅਲੀ ਇਹ ਗੱਲ ਕੋਮਲ ਨੇ ਮੈਨੂੰ ਸਮਝਾਈ ਸੀਗੀ ਡੈਥ ਬੌਂਡੇਜ ਵੀ ਜਿੰਨਾ ਤੁਸੀਂ ਕਿਸੇ ਨੂੰ ਜੇ ਤੁਸੀਂ ਕਿਸੇ ਨੂੰ ਦਬਾਉਣਾ ਆ ਉਹਨੂੰ ਡੈਟ ਦੀ ਪੰਜਾਬੀ ਕੀ ਵਰਡ ਆਈ ਡੋਂਟ ਨੋ ਬਟ ਉਹਨੂੰ ਡੈਟ ਚ ਰੱਖੋ ਤੇ ਯੂ ਨੋ ਜੇ ਉਹ ਕੁਛ ਕਰਦੇ ਆ ਵੀ ਜਿਹੜੇ ਤੁਸੀਂ ਉਹਨੂੰ ਕਿਹਾ ਵੀ ਉਹ ਨਹੀਂ ਕਰ ਸਕੇ ਤੁਸੀਂ ਆਪਣੇ ਗੁੰਡੇ ਪਾ ਕੇ ਉੱਥੇ ਭੇਜ ਕੇ ਉਹਨਾਂ ਨੂੰ ਡਰਾ ਧਮਕਾ ਦਿਓ ਵੀ ਜੇ ਤੁਸੀਂ ਇੱਦਾਂ ਕਰੋਗੇ ਅਸੀਂ ਘਰ ਛੀਨ ਲੈਣਾ ਇੱਦਾਂ ਕਰ ਲੈਣਾ ਉੱਦਾਂ ਕਰ ਲੈਣਾ ਜੀ ਜੀ ਇਹ ਪੰਜਾਬੀ ਦੀ ਕਹਾਵਤ ਆ ਕਿ ਜੇ ਕਿਸੇ ਦਾ ਨਿਆਣਾ ਵਿਗਾੜਨਾ ਕੋਲੋਂ ਪੈਸੇ ਦੇ ਦਿਓ ਬਹੁਤ ਸੌਖਾ ਆ ਕਿ ਜੇ ਕਿਸੇ ਜੱਟ ਦੀ ਜ਼ਮੀਨ ਲੈਣੀ ਆ ਤਾਂ ਉਹਨੂੰ ਕਰਜ਼ਾ ਇੰਨਾ ਦੇ ਦਿਓ ਕਿ ਉਹ ਨਿਕਲ ਹੀ ਨਾ ਸਕੇ ਜਿਹਦੇ ਜਿਹਦੇ ਕੋਲ 5 ਖੱਤੇ ਨੇ ਅਤੇ ਉਹਨੇ 5 ਲੱਖ ਦਾ ਟਰੈਕਟਰ ਲਿਆ ਹੋਇਆ ਇਹ ਥੋੜ੍ਹਾ ਜਿਹੜਾ ਜਿਹੜੇ ਆਪਣੇ ਜ਼ਿਮੀਂਦਾਰ ਆ ਉਹਨਾਂ ਨੂੰ ਵੀ ਸੋਚਣਾ ਪਊਗਾ ਕਿ ਜੇ ਮੈਂ ਇੱਥੇ ਆਪਾਂ ਸੋਚਦੇ ਹਾਂ ਕਿ ਮੇਰਾ ਘਰ ਜਿਹੜਾ ਤੁਸੀਂ ਵੀ ਆਬਵੀਅਸਲੀ ਸਟੇਟ 'ਚ ਰਹਿ ਰਹੇ ਹੋ ਉੱਥੇ ਘਰ ਮਹਿੰਗੇ ਨੇ ਇੰਡੀਆ ਨਾਲੋਂ ਤੁਸੀਂ ਦੇਖੋਗੇ ਕਿ ਸਾਡੀ ਜਿਹੜੀ ਇਨਕਮ ਆ ਹਸਬੈਂਡ ਵਾਈਫ ਦੀ ਉਹ ਹੈਗੀ ਆ 1 ਲੱਖ ਤੇ ਅਸੀਂ 20 ਲੱਖ ਦਾ ਘਰ ਨਹੀਂ ਲੈ ਸਕਦੇ ਤੁਸੀਂ ਕੋਸ਼ਿਸ਼ ਕਰੋਗੇ ਕਿ ਆਪਣੇ ਦਾਇਰੇ ਵਿੱਚ ਰਹਿ ਕੇ ਉਹ ਜਿਹੜੀ ਇੰਡੀਆ ਦੀ ਪਾਲਿਸੀ ਆ ਉਹ ਤਾਂ ਮੈਨੂੰ ਤਾਂ ਬਹੁਤ ਚਿਰ ਦੀ ਪਤਾ ਲੇਕਿਨ ਜਿਹੜੇ ਉੱਥੇ ਦੇ ਲੋਕੀ ਨੇ ਉਹਨੂੰ ਪਤਾ ਨਹੀਂ ਕਿਉਂ ਨਹੀਂ ਪਤਾ ਸਮਝ ਆ ਰਹੀ ਕਿ ਜਿਹਦੇ 2 ਏਕੜ ਜਾਂ 3 ਕਿੱਲੇ ਜ਼ਮੀਨ ਦੇ ਨੇ ਉਹਦੇ ਕੋਲ 5 ਲੱਖ ਦਾ ਟਰੈਕਟਰ ਕਿਉਂ ਚਾਹੀਦਾ ਸੋ ਅੰਕਲ ਜੀ ਮੈਂ ਇਹ ਜ਼ਰੂਰ ਕਹਿਣਾ ਚਾਹੂੰਗੀ ਵੀ ਜਿੱਦਾਂ ਅਮਰੀਕਾ ਚ ਆ ਵੀ ਜਦੋਂ ਤੁਸੀਂ ਕਿਸੇ ਤੋਂ ਲੋਨ ਦਿੰਦੇ ਆ ਤੁਹਾਨੂੰ ਟਰਮਸ ਫੁੱਲੀ ਐਕਸਪਲੇਨ ਕਰਨੇ ਪੈਂਦੇ ਆ ਜੇ ਤੁਸੀਂ ਕਲੀਅਰਲੀ ਟਰਮਸ ਲਿਖੇ ਨਾ ਦਿਓ ਜਾਂ ਤੁਸੀਂ ਉਹਨਾਂ ਨੂੰ ਐਕਸਪਲੇਨ ਨਾ ਕਰੋ ਤੁਹਾਡੇ ਤੇ ਲਾਸੂਟ ਹੋ ਸਕਦਾ ਆ ਐਂਡ ਜਿੰਨਾ ਵੀ ਲੋਨ ਅਮਾਊਂਟ ਹੈ ਮਾਫ਼ ਹੋ ਸਕਦਾ ਇੱਥੇ ਐਕਸਪੈਸ਼ਲੀ ਕੈਲੀਫੋਰਨੀਆ ਚ ਬਹੁਤ ਐਕਸਟ੍ਰੀਮ ਰੈਗੂਲੇਸ਼ਨ ਜਾਂ ਲੈਂਡਿੰਗ ਹੈਬਿਟ ਇੰਡੀਆ ਚ ਇਹ ਹੈ ਨਹੀਂ ਗਾ ਇੰਡੀਆ ਇਜ਼ ਨਾਟ ਅ ਰੈਗੂਲੇਟਡ ਮਾਰਕੀਟ ਐਨੀਵੇਅਰ ਉਹਨਾਂ ਤੇ ਇੱਕ ਤਾਂ ਟਰਮਸ ਐਂਡ ਕੰਡੀਸ਼ਨ ਜਿਹੜੇ ਉਹ ਕਿਤੇ ਕਲੀਅਰਲੀ ਨਹੀਂ ਹੁੰਦੇ ਦੂਜੀ ਜਦੋਂ ਕੋਈ ਬਜ਼ੁਰਗ ਜਾਂ ਯੂ ਨੋ ਗਰੀਬ ਬੰਦਾ ਲੋਨ ਲੈਂਦਾ ਆ ਉਹਨੂੰ ਐਕਸਪਲੇਨ ਨਹੀਂ ਕੀਤਾ ਜਾਂਦਾ ਵੀ ਇੰਟਰਸਟ ਰੇਟ ਕੀ ਹੁੰਦੀ ਹੈ ਇੰਟਰਸਟ ਰੇਟ ਕਿੱਦਾਂ ਅਫੈਕਟ ਕਰਦੀ ਆ ਜਿੱਥੇ ਸਾਡੇ ਬੰਦੇ ਮਾਰ ਖਾਂਦੇ ਆ ਉਹ ਇਹ ਆ ਵੀ ਇੱਕ ਤਾਂ ਆਪਣਾ ਉਹ ਐਜੂਕੇਟਡ ਨਹੀਂ ਹੈਗੇ ਰਾਈਟ ਕਿਉਂਕਿ ਲਾਈਕ ਆਈ ਐਕਸਪਲੇਨ ਜਦੋਂ ਐਜੂਕੇਸ਼ਨ ਪ੍ਰਾਈਵੇਟ ਹੋ ਜਾਂਦੀ ਆ ਉਹ ਤੁਸੀਂ ਅਫੋਰਡ ਨਹੀਂ ਕਰ ਸਕਦੇ ਦੂਜੀ ਚੀਜ਼ ਉੱਥੇ ਬੈਂਕਿੰਗ ਜਾਂ ਇੰਟਰਸਟ ਰੇਟ ਜਾਂ ਲੋਨਸ ਦੀ ਕੋਈ ਰੈਗੂਲੇਸ਼ਨ ਨਹੀਂ ਕੋਈ ਸਮਝਾਉਂਦਾ ਨਹੀਂਗਾ ਇੱਦਾਂ ਵੀ ਹੈ ਨਹੀਂ ਵੀ ਕਿਸੇ ਨੇ ਜਿੱਦਾਂ ਬਾਹਰੋਂ ਆ ਕੇ ਇੰਟਰਸਟ ਰੇਟਸ ਜਾਂ ਬੈਂਕਿੰਗ ਜਾਂ ਫਾਈਨੈਂਸਿੰਗ ਦੀ ਲਾਈਕ ਵਰਕਸ਼ਾਪਸ ਕੀਤੀਆਂ ਵੀ ਜਦੋਂ ਤੁਸੀਂ ਲੋਨ ਲੈਂਦੇ ਹੋ ਤੁਸੀਂ ਪੁੱਛੋ ਇੰਟਰਸਟ ਰੇਟ ਕੀ ਆ ਮਹੀਨੇ ਦੇ ਪੇਮੈਂਟ ਕੀ ਆ ਕਿੰਨੇ ਈਅਰਸ ਦੇ ਵਿੱਚ ਸਾਨੂੰ ਇਹ ਲੋਨ ਚੁਕਾਉਣਾ ਪੈਣਾ ਵੀ ਸਾਡੀ ਇਨਕਮ ਕੀ ਆ ਸਾਡੀ ਇਨਕਮ ਦਾ ਗਾਰੰਟੀ ਕੀ ਆ ਇਹ ਚੀਜ਼ਾਂ ਬਾਰੇ ਗੱਲ ਨਹੀਂ ਕੀਤੀ ਜਾਂਦੀ ਐਂਡ ਦੈਟਸ ਵਾਈ ਇੱਕ ਇੱਕ ਸਾਈਕਲ ਬਣ ਜਾਂਦਾ ਪਰਪੈਚੁਏਟਡ ਡੈਟ ਦਾ ਰਾਈਟ ਜਦੋਂ ਬੰਦਾ ਡੈਟ ਚੋਂ ਨਿਕਲਦਾ ਆ ਉਹ ਬੰਦਾ ਕੰਟਰੋਲ ਕਰਕੇ ਅੱਛਾ ਸਾਡੇ ਇੰਨੇ ਪੇਮੈਂਟਸ ਹੋਣੇ ਆ ਸਾਡੀ ਇੰਨੀ ਕਮਾਈ ਆ ਇੰਨੇ ਪੇਮੈਂਟ ਦੇ ਕੇ ਇੰਨਾ ਪੈਸਾ ਜੋੜ ਕੇ ਅਸੀਂ ਇੱਦਾਂ ਅੱਗੇ ਵਧਣਾ ਆ ਰਾਈਟ ਉੱਥੇ ਇਹ ਚੀਜ਼ ਦੀ ਨਾ ਨੌਲੇਜ ਆ ਨਾ ਐਜੂਕੇਸ਼ਨ ਆ ਤੇ ਐਜੂਕੇਸ਼ਨ ਤਾਂ ਕਰਕੇ ਹੈ ਨਹੀਂ ਕਿਉਂਕਿ ਗਵਰਨਮੈਂਟ ਨੂੰ ਇਹ ਆ ਵੀ ਇਹਨਾਂ ਨੂੰ ਡੈਟ ਚੜ੍ਹ ਐਕਸਪੈਸ਼ਲੀ ਪੰਜਾਬ ਚ ਸੋ ਵੀ ਡੋਂਟ ਟਾਕ ਅਬਾਊਟ ਦਿਸ ਬਟ ਜਦੋਂ ਦਾ ਇੰਡੀਆ ਬਣਿਆ ਆ ਇਹ ਬਹੁਤ ਵੱਡੀ ਗੱਲ ਆ ਵੱਡੀ ਬੜੀ ਵੱਡੀ ਸੋਚ ਆ ਤੁਸੀਂ ਬਹੁਤ ਵਧੀਆ ਸੋਚ ਰੱਖਦੇ ਆ ਕਿਉਂਕਿ ਗੌਰਮੈਂਟ ਇਹ ਚਾਹੁੰਦੀ ਆ ਕਿ ਇਹ ਕਰਜ਼ੇ ਦੇ ਵਿੱਚ ਡੁੱਬੇ ਰਹਿਣ ਨਾ ਇਹਨਾਂ ਨੂੰ ਸਮਝ ਆਵੇ ਨਾ ਇਹ ਪੜ੍ਹ ਸਕਣ ਨਾ ਇਹ ਕਿਸੇ ਪਾਸੇ ਲੱਗਣ ਇਹ ਤੁਹਾਡਾ ਮੈਂ ਪਹਿਲਾਂ ਤਾਂ ਕਹੂੰਗਾ ਵੀ ਤੁਸੀਂ ਬਹੁਤ ਵਧੀਆ ਸੋਚ ਰੱਖਦੇ ਹੋ ਉਹ ਡਾਕਟਰ ਪ੍ਰਭਜੋਤ ਨੇ ਵੀ ਦੱਸਿਆ ਉਹ ਵੀ ਬੜੀ ਵਧੀਆ ਸੋਚ ਰੱਖਦੇ ਨੇ ਮੈਂ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਸਾਡੀ ਆਉਣ ਵਾਲੀ ਜਿਹੜੀ ਯੰਗਰ ਜਨਰੇਸ਼ਨ ਆ ਉਹ ਐਜੂਕੇਸ਼ਨ ਬਾਰੇ ਜਾਂ ਲੋ ਬਾਰੇ ਇੰਨੀ ਵੱਡੀ ਸੋਚ ਰੱਖਦੇ ਨੇ ਆਉਣ ਵਾਲੇ ਸਮੇਂ 'ਚ ਜ਼ਰੂਰ ਬਦਲੂਗਾ ਲੇਕਿਨ ਪ੍ਰੋਬਲਮ ਇਹ ਆ ਕਿ ਮੇਰੀ ਜਿਹੜੀ ਸੂਈ ਆ ਇਹ ਬੰਦ ਨਹੀਂ ਹੁੰਦੀ ਟਿਕ ਟਿਕ ਕਰਕੇ ਟਾਈਮ ਕਦੋਂ ਨਿਕਲ ਜਾਂਦਾ ਉਹ ਪਤਾ ਨਹੀਂ ਲੱਗਦਾ ਤੇ ਬਿਹੜਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ ਇੱਕ ਛੋਟੀ ਜਿਹੀ ਬ੍ਰੇਕ ਦਿਓ ਇਸ ਤਰ੍ਹਾਂ ਜੁੜੇ ਰਹੋ ਆਪਾਂ ਫਿਰ ਇੱਕ ਹੋਰ ਨਵਾਂ ਗੈਸਟ ਲੈ ਕੇ ਆਉਂਦੇ ਹਾਂ ਜਿਨ੍ਹਾਂ ਨੇ ਸਾਰਾ ਕੁਝ ਅੱਜ ਦਾ ਪ੍ਰੋਗਰਾਮ ਬਣਾਇਆ ਮੈਂ ਤੁਹਾਨੂੰ ਲੈ ਕੇ ਆਊਂਗਾ ਦਿਓ ਇੱਕ ਛੋਟੀ ਜਿਹੀ ਬ੍ਰੇਕ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਹਾਜ਼ਰ ਹਾਂ ਆਪਾਂ ਉਹੀ ਸਿਲਸਿਲਾ ਆਪਣਾ ਗੱਲ ਉੱਥੇ ਖੜੀ ਆ ਕਿ ਤੁਸੀਂ ਸੁਣਿਆ ਕਿ ਆਪਣੇ ਜਿਹੜੇ ਜੰਗਰਸ ਆ ਉਹ ਕੀ ਕਿੰਨੀ ਨੌਲੇਜ ਰੱਖਦੇ ਨੇ ਕਿੰਨੀਆਂ ਵਧੀਆ ਉਹਨਾਂ ਨੇ ਗੱਲਾਂ ਕੀਤੀਆਂ ਜਾਂ ਉਹਨਾਂ ਦੇ ਦਿਮਾਗ ਵਿੱਚ ਕਿੰਨਾ ਵਧੀਆ ਖਿਆਲ ਚੱਲਦੇ ਨੇ ਕਿ ਸਾਨੂੰ ਕੀ ਕਰਨਾ ਚਾਹੀਦਾ ਆਪਾਂ ਫਿਰ ਇੱਕ ਵਾਰੀ ਮੋਨਿਕਾ ਕੋਲ ਜਾਂਦੇ ਹਾਂ ਮੋਨਿਕਾ ਜੀ ਆਵਾਜ਼ ਆ ਰਹੀ ਤੁਹਾਨੂੰ ਹਾਂਜੀ ਜੀ ਆਪਾਂ ਫਿਰ ਉੱਥੋਂ ਸ਼ੁਰੂ ਕਰਦੇ ਤੁਸੀਂ ਗੱਲ ਖਤਮ ਕੀਤੀ ਸੀ ਕਿ ਆਪਾਂ ਨੂੰ ਡੈਟ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਤੇ ਮੈਂ ਤੁਹਾਨੂੰ 2 ਮਿੰਟ ਦਊਂਗਾ ਕਿ ਤੁਸੀਂ ਮੈਨੂੰ ਦੱਸੋ ਕਿ ਆਪਾਂ ਨੂੰ ਇੰਡੀਆ 'ਚ ਕੀ ਕਰਨਾ ਚਾਹੀਦਾ ਕਿ ਆਪਾਂ ਡੈਟ 'ਚੋਂ ਨਿਕਲ ਜਾਈਏ ਆਈ ਥਿੰਕ ਜਿਹੜਾ ਓਕੇ ਜਿਹੜੀ ਸਾਨੂੰ ਇੱਕ ਚੀਜ਼ ਸਮਝਣੀ ਪੈਣੀ ਆ ਇਹ ਇਹ ਆ ਕਿ ਇੰਡੀਆ ਨੇ ਜਦੋਂ ਤੋਂ ਇੰਡੀਆ ਬਣਿਆ ਹੈ ਉਹਨਾਂ ਨੇ ਪੰਜਾਬ ਦੀ ਜ਼ਮੀਨ ਤੇ ਅੱਖ ਰੱਖੀ ਆ ਰਾਈਟ ਕਿਉਂਕਿ ਆਈ ਥਿੰਕ ਪੰਜਾਬ ਦੀ ਜਿਹੜੀ ਜ਼ਮੀਨ ਸੀ ਇਟ ਵਾਸ ਸੋ ਰਿਚ ਸੋ ਉਹਨਾਂ ਨੇ ਉਦੋਂ ਤੋਂ ਲੈ ਕੇ ਅੱਜ ਤੱਕ ਇੰਨੇ ਉਹ ਉਹਨਾਂ ਨੇ ਸਕੀਮ ਲਾਈ ਆ ਵੀ ਇਟਸ ਗੋਇੰ ਟੂ ਬੀ ਰੀਲੀ ਡਿਫੀਕਲਟ ਬਟ ਇੰਡੀਆ ਨੂੰ ਕੀ ਚਾਹੀਦਾ ਵੀ ਪੂਰੇ ਨੇਸ਼ਨ ਲਈ ਨਾਟ ਜਸਟ ਪੰਜਾਬ
ਇੱਕ ਰੈਗੂਲੇਟਰੀ ਪ੍ਰੈਕਟਿਸਿਸ ਰੱਖਣੀਆਂ ਵੀ ਤੁਸੀਂ ਇੰਟਰਸਟ ਰੇਟ ਕਿੱਥੋਂ ਲੈਣੇ ਆ ਰਾਈਟ ਜਿੱਦਾਂ ਫਰੋਮ ਇਨ ਦ ਯੂਨਾਈਟਿਡ ਸਟੇਟਸ ਇਟ ਕਮਸ ਫਰੋਮ ਦ ਫੈਡਰਲ ਰਿਜ਼ਰਵ ਬੈਂਕ ਰਾਈਟ ਗਵਰਨਮੈਂਟ ਬੈਂਕ ਦੈਨ ਦੈਟਸ ਵੇਅਰ ਆਲ ਦੀ ਅਦਰ ਬੈਂਕਸ ਗੈਟ ਦੇਅਰ ਇੰਟਰਸਟ ਰੇਟਸ ਇੱਕ ਰੈਗੂਲੇਟਰੀ ਫੀਚਰ ਹੈਗਾ So I want to just point out that jehde laws India implement karn di koshish kar rya oh America Canada UK already hoye ne but in our developed nations regulatory systems ya we price gauging nahi hagi price zyada tusi drop nahi kar sakde fair prices milde produce de oh sari regulatory systems are in place India is trying to implement these laws without the regulatory practices right without the regulations in place so jehde farmers di price oh dig sakdi ya ਫਾਰਮਰਸ ਨੂੰ ਹੁਣ ਕੀ ਕਰਨਾ ਚਾਹੀਦਾ ਇੱਕ ਤਾਂ ਤੁਸੀਂ ਲੋਨ ਲੈਣੇ ਬੈਂਕਾਂ ਤੋਂ ਬੰਦ ਕਰੋ ਬਿਲਕੁਲ ਹੀ ਜੇ ਤੁਸੀਂ ਬੈਂਕਾਂ ਤੋਂ ਲੋਨ ਨਹੀਂ ਲਓਗੇ ਦੈਨ ਦੇ ਆਰ ਫੋਰਸਡ ਟੂ ਕਾਈਂਡ ਆਫ ਯੂ ਨੋ ਵੀ ਆਪਣੇ ਆਪ ਨੂੰ ਸੰਭਾਲਣ ਲਈ ਦੂਜੀ ਗੱਲ ਜਦੋਂ ਤੁਸੀਂ ਫਾਰਮਿੰਗ ਕਰਦੇ ਹੋ ਪਹਿਲਾਂ ਆਪਣੇ ਲਈ ਕਰੋ ਆਪਣੇ ਘਰ ਦੇ ਲਈ ਕਰੋ ਜਿੰਨਾ ਹੋ ਸਕਦਾ ਤੁਸੀਂ ਆਪਣੇ ਆਪ ਨੂੰ ਸੈਲਫ ਸਫੀਸ਼ੀਐਂਟ ਕਰੋ you know lighting bhi tusi solar panels electricity bhi tusi ghare bana sakde ho using solar panels you are just using you know the potential energy from a water well oh bhi tusi gharon kar sakde ho so tuhanu bahar bill nahi dene pende jinda ho sakda apne aap nu self sufficient karo vi jinna tuhanu paisa tusi bana vi rahe ho apna produce bech ke oh bahar nahi janda oh ghar ch rehnda ya I can go on for days ਕੱਪੜੇ ਜਦੋਂ ਤੁਸੀਂ ਜੇ ਤੁਸੀਂ ਗਾਂਧੀ ਬ੍ਰਹਮਸ਼ਾਸਤਰ ਨੂੰ ਦੇਖੋ ਜਦੋਂ ਉਹਨਾਂ ਨੇ ਆਹ ਬ੍ਰਿਟੇਨ ਨੂੰ ਬਾਹਰ ਕੱਢਿਆ ਸੀ ਕਹਿੰਦੇ ਸੀ ਵੀ ਤੁਸੀਂ ਆਪਣਾ ਕੱਪੜਾ ਵੀ ਘਰੇ ਬਣਾਓ ਰਾਈਟ ਜਿੱਦਾਂ ਇੱਦਾਂ ਤਾਂ ਬਹੁਤ ਕੁਛ ਵੀ ਆ ਬੰਦੇ ਨੂੰ ਆਪਣੇ ਆਪ ਨੂੰ ਡੈਟ ਚੋਂ ਕੱਢਣ ਤੋਂ ਕੀ ਕੀ ਕੁਛ ਕਰ ਸਕਦਾ ਆ ਹਾਊਐਵਰ ਹੁਣ ਜਿਹੜੇ ਅਸੀਂ ਮੁੱਦੇ ਤੇ ਆਏ ਹਾਂ ਕਿਸਾਨ ਮੋਰਚੇ ਤੇ ਤੁਹਾਨੂੰ ਉਹੀ ਚੀਜ਼ਾਂ ਇਸਤੇਮਾਲ ਕਰਨੀਆਂ ਪੈਣੀਆਂ ਜਿੱਦਾਂ ਆਪਾਂ ਪਹਿਲਾਂ ਕੀਤੀਆਂ ਸੀ ਇੰਗਲੈਂਡ ਦੇ ਖਿਲਾਫ਼ ਰਾਈਟ ਮੈਂ ਹਮੇਸ਼ਾ ਕਹਿੰਦੀ ਹਾਂ ਜਿਹੜਾ ਗਾਂਧੀ ਬ੍ਰਹਮਸ਼ਾਸਤਰ ਸੀਗਾ ਨਾ ਬੋਇਕਾਟ ਦਾ So boycott, like Z, boycott the big banks, boycott BJP, like you have to think that kithe bande de satt vajdi hai, bande de satt vajdi hai big corporations de paise de naal, right? Jadon assi Reliance ne Jio nu boycott kita siga, oh unna nu kyon statement deni payi? Reliance or jada Ambani siga, he dropped 3 points on the billionaire list, 3 points. Hun jada Airtel ya, it's being used the most. in India right jio nu competition de reha hai utthe lat maro jithe 60 baje right paise oh badhiya gall ki tusi ke utthe lat maro jithe 60 baje eh jehda corporate world ya inna da je lak todna te unna de jehde product devon nu boycott karo tha ki jidda waqt paya hoya eh bohot gallan ne jehdi apan lamba sama lag juga je gallan karde lekin main is de naal sunga phir thoda bohot dhanwad apne naal hun apan swagat karange komal chauhan da jinna ne bohot bada yogdan paya ਤੁਹਾਡਾ ਬਹੁਤ ਸਵਾਗਤ ਹੈ ਜੀ ਜਸ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ ਉਹ ਜੀ ਪਹਿਲਾਂ ਤੁਹਾਡਾ ਥੈਂਕ ਯੂ ਜਿਹੜਾ ਤੁਸੀਂ ਅੱਜ ਫਿਰ ਟਾਈਮ ਕੱਢਿਆ ਔਰ ਜਿਹੜਾ ਇਹ ਬਾਕੀ ਦਾ ਬੰਦੇ ਨੂੰ ਵੀ ਇੰਟਰੋਡਿਊਸ ਕਰਾਇਆ ਔਰ ਹੈਲਪ ਕੀਤੀ ਉਹਦੇ ਵਿੱਚ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦੀ ਹਾਂ ਆਪਾਂ ਇਸੇ ਤਰ੍ਹਾਂ ਗੱਲ ਜਾਰੀ ਹੈ ਅੱਜ ਦੀ ਜਿੱਥੋਂ ਮੋਨਿਕਾ ਨੇ ਲੈਫਟ ਆਫ ਕੀਤਾ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ ਡੇਟ ਚੋਂ ਕਿੱਦਾਂ ਨਿਕਲਣਾ ਚਾਹੀਦਾ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਆ ਆਈ ਮੀਨ ਜਿਹੜੇ ਵੀ ਇਹਨੇ ਪੁਆਇੰਟ ਕਹੇ ਸਾਰੇ ਵਧੀਆ ਸੀ ਜਿਹੜੇ ਫਾਰਮਰ ਆ ਜਿਹੜੇ ਲੇਬਰ ਆ ਇੰਡੀਆ ਦੇ ਦੇ ਹੈਵ ਟੂ ਬੀ ਸੈਲਫ ਸਫੀਸ਼ੀਐਂਟ ਜਿੰਨੀ ਦੇਰ ਇਹ ਬਾਹਰ ਗਵਰਨਮੈਂਟ ਨੂੰ ਪੈਸੇ ਦੇ ਜਾਓਗੇ ਇਹਨਾਂ ਦਾ ਬਣਨਾ ਕੀ ਆ ਹੁਣ ਅਸੀਂ ਕਿੰਨੀ ਬਹੁਤ ਲੋਕ ਆ ਰਸੀਤਾਂ ਦਿਖਾਉਂਦੇ ਆ ਜਦੋਂ ਜੋ ਵੀ ਵੇਚਣ ਜਾਂਦੇ ਆ ਜਿਹੜੀਆਂ ਸਬਜ਼ੀਆਂ ਵਟਐਵਰ ਕ੍ਰੌਪਸ ਦੇ ਆਰ ਗਰੋਇੰਗ ਉਹਨਾਂ ਨੂੰ ਪੈਸੇ ਆਉਂਦੇ ਨਹੀਂ ਹੈਗੇ ਕਿਉਂ ਨਹੀਂ ਆਉਂਦੇ ਬਿਕਾਜ਼ ਪੈਟਰੋਲ ਦੇ ਬਿੱਲ ਕਿੰਨੇ ਹਾਏ ਆ ਇਲੈਕਟ੍ਰਿਸਿਟੀ ਦੇ ਬਿੱਲ ਕਿੰਨੇ ਹਾਏ ਆ ਸੋ ਜਿੱਦਾਂ ਇਹ ਕਹਿੰਦੀ ਸੀ ਜਿਹੜੇ ਲੋਨ ਆ ਦੇਰ ਇਜ਼ ਨੋ ਰੈਗੂਲੇਸ਼ਨ ਸੋ ਬੈਂਕ ਆ ਕਦੀ ਇੰਟਰਸਟ ਰੇਟ ਚੱਕ ਦਿੰਦੀ ਆ ਕਦੀ ਕੁਛ ਕਰ ਲੈਂਦੇ ਕਦੀ ਚੇਂਜ ਕਰ ਲੈਂਦੇ ਆ ਦੇਰ ਇਜ਼ ਓਨਲੀ ਸਰਟਨ ਵੇਜ਼ ਦੈਟ ਯੂ ਕੈਨ ਕੀਪ ਅਪ ਜੇ ਹੁਣ ਪੈਸੇ ਅਸੀਂ ਆਪਣੇ ਕੋਲ ਰੱਖੋਗੇ ਦੈਟ ਇਜ਼ ਦ ਓਨਲੀ ਵੇ ਤੇ ਕੋਲ ਰੱਖਣੇ ਜਿੱਦਾਂ ਇੱਥੇ ਆਪਾਂ ਹੁਣ ਤੁਹਾਨੂੰ ਪਤਾ ਹੈ ਤੁਸੀਂ ਆਬਵੀਅਸਲੀ ਕਾਲਜ ਜਾਣਾ ਆ ਤੁਸੀਂ ਆਪਣਾ ਜਿਹੜਾ ਫੰਡ ਆ ਉਹ ਕੰਟਰੋਲ ਕਰਦੇ ਆ ਮੋਨਿਕਾ ਨੇ ਇੰਡੀਆ ਤੋਂ ਆ ਕੇ ਇੱਥੇ ਤੱਕ ਆਪਣਾ ਕਰੀਅਰ ਬਣਾ ਲਿਆ ਜਾਂ ਇੰਡੀਆ ਗਈ ਉੱਥੇ ਜਾ ਕੇ ਵੀ ਰਹੀ ਤੇ ਤੁਹਾਨੂੰ ਵੀ ਪਤਾ ਆ ਕਿ ਮੇਰਾ ਜਿਹੜਾ ਕਾਲਜ ਦਾ ਇੰਨੇ ਐਕਸਪੈਂਸ ਆ ਤੁਸੀਂ ਉਹਦਾ ਇੰਤਜ਼ਾਮ ਪਹਿਲਾਂ ਕੀਤਾ ਕਿ ਤੁਹਾਡੇ ਮਾਮ ਡੈਡ ਨੂੰ ਵੀ ਪਤਾ ਆ ਕਿ ਆਪਣੀ ਘਰ ਦੀ ਮੋਰਗੇਜ ਇੰਨੀ ਆ ਜਾਂ ਗੱਡੀ ਦੀ ਮੋਰਗੇਜ ਇੰਨੀ ਆ ਇਹ ਚੀਜ਼ਾਂ ਇੰਡੀਆ ਦੇ ਵਿੱਚ ਲੋਕੀ ਕਿਉਂ ਨਹੀਂ ਸੋਚਦੇ ਯੂ ਨੋ ਬਜਟ ਕਰਨਾ ਪੈਂਦਾ ਬਟ ਦ ਪ੍ਰੋਬਲਮ ਇਜ਼ ਜਿੱਦਾਂ ਮੋਨਿਕਾ ਕਹਿੰਦੀ ਸੀ ਇਟਸ ਡੈਟ ਬੌਂਡੇਜ ਇੰਨੇ ਜਨਰੇਸ਼ਨ ਹੋ ਗਈ ਆ ਉਹ ਡੈਟ ਦੇ ਵਿੱਚ ਆ ਦੇ ਕੈਨ ਨਾਟ ਪੇ ਐਨੀਥਿੰਗ ਐਲਸ ਜਦੋਂ ਸੋਚੋਗੇ ਵੀ ਆਹ ਚੀਜ਼ ਲੈਣੀ ਆ ਬਿੱਲ ਆ ਜਾਂਦੇ ਆ ਫਿਰ ਬਿੱਲ ਕੋ ਪੈਸੇ ਸਾਰੇ ਚੱਲ ਜਾਂਦੇ ਆ
It's a constant cycle. Just debt na hunda ya, how can you purchase anything else? How can you afford to go to school? How can you afford to gain an education? There's no way. ਉੱਥੇ ਪ੍ਰੋਬਲਮ ਤਾਂ ਵੱਡੀ ਇਹੀ ਆ ਕਿਉਂਕਿ ਜਿੰਨੇ ਵੀ ਆਪਣੇ ਮੈਂ ਨਹੀਂ ਕਹਿੰਦਾ ਸਾਰੇ ਇੰਡੀਅਨ ਇੱਦਾਂ ਆ ਕਿ ਲੇਕਿਨ ਜੇ ਉਹ ਸੋਚਦੇ ਹੋਣ ਕਿ ਆਪਾਂ ਕੋਈ ਵੀ ਜਿਹੜਾ ਡੇਟ ਆ ਉਹ ਬਿਨਾਂ ਗੱਲ ਤੋਂ ਕ੍ਰੀਏਟ ਨਹੀਂ ਕਰਨਾ ਤਾਂ ਫਿਰ ਮੈਨੂੰ ਲੱਗਦਾ ਜਿਹੜੀਆਂ ਪ੍ਰੋਬਲਮਾਂ ਆ ਉਹ ਆਟੋਮੈਟਿਕ ਸੋਲਵ ਹੋਣੀਆਂ ਸ਼ੁਰੂ ਹੋ ਜਾਣਗੀਆਂ ਡੇ ਬਾਏ ਡੇ ਕਿ ਜੇ ਸਾਨੂੰ ਟਰੈਕਟਰ ਦੀ ਵੱਡੇ ਦੀ ਨਹੀਂ ਲੋੜ ਸਾਨੂੰ ਜਾਂ ਸਾਡੀ ਜ਼ਮੀਨ ਬਹੁਤ ਥੋੜ੍ਹੀ ਆ ਅਸੀਂ ਹੋਰ ਕੋਈ ਕੰਮ ਕਰ ਲਈਏ ਇਹ ਜ਼ਰੂਰੀ ਨਹੀਂ ਕਿ ਸਰਕਾਰਾਂ ਸਾਨੂੰ ਸਾਡੀ ਜ਼ਮੀਨ ਖੋਣ ਨੂੰ ਫਿਰਦੀਆਂ ਨੇ ਜੇ ਅਸੀਂ ਰੋਜ਼ ਹਰ ਰੋਜ਼ ਉਹ ਜ਼ਮੀਨ ਨੂੰ ਲੈ ਕੇ ਡੈਟ ਦੇ ਵਿੱਚ ਹਾਂ ਅਤੇ ਫਿਰ ਸਾਨੂੰ ਕੋਈ ਫਾਇਦਾ ਨਹੀਂ ਹੁੰਦਾ ਮੈਂ ਇੱਥੇ ਤੁਹਾਨੂੰ ਆਪਦੀ ਗੱਲ ਦੱਸਦਾ ਕਿ ਟਰੱਕਿੰਗ ਕੰਪਨੀ ਮੈਂ ਖੁਦ ਬੰਦ ਕੀਤੀ ਕਿਉਂਕਿ ਹਰ ਰੋਜ਼ ਮੈਂ ਡੈਟ ਵਿੱਚ ਜਾਂਦਾ ਸੀ ਕੋਈ ਇੱਦਾਂ ਦੀ ਮੇਰੇ ਕੋਲ ਗੁਜ਼ਾਰੇ ਜੋਗੇ ਟਰੱਕ ਸੀ ਲੇਕਿਨ ਉਹਨੂੰ ਬੰਦ ਕਰਤਾ ਬੰਦ ਦਾ ਕਰਨ ਦਾ ਰੀਜ਼ਨ ਕੀ ਸੀ ਇਹ ਥਿੰਕ ਕਰਕੇ ਕਿ ਹਰ ਰੋਜ਼ ਮੈਨੂੰ ਲੋਸ ਹੁੰਦਾ ਇੱਕ ਵਾਰੀ ਲੋਸ ਲੈ ਲਿਆ ਅਤੇ ਉਸ ਤੋਂ ਬਾਅਦ ਮੈਂ ਹੁਣ ਡੈਟ ਦੇ ਵਿੱਚ ਨਹੀਂ ਹੈਗਾ ਇਸ ਕਰਕੇ ਜਿਹੜੇ ਇੰਡੀਆ ਦੇ ਵਿੱਚ ਜੋ ਤੁਸੀਂ ਕਿਹਾ ਮੋਨਿਕਾ ਨੇ ਕਿਹਾ ਕਿ ਜਿਹੜਾ ਡੈਟ ਆ ਸਭ ਤੋਂ ਵੱਡੀ ਪ੍ਰੋਬਲਮ ਉਹੀ ਆ ਕਿਉਂਕਿ ਅਸੀਂ ਸਾਨੂੰ ਗੱਡੀ ਚਾਹੀਦੀ ਆ ਸਿਰਫ ਸਕੂਟਰ ਚਾਹੀਦਾ ਜਾਣ ਨੂੰ ਤੇ ਅਸੀਂ ਗੱਡੀ ਲੈਣੀ ਆ ਜਿਹੜੀ 40 ਲੱਖ ਦੀ ਉਹ 40 ਲੱਖ ਦੀ ਗੱਡੀ ਨੇ ਵੀ ਸਾਨੂੰ ਉਨੇ ਕੰਮ ਦੇਣਾ ਸਕੂਟਰ ਨੇ ਵੀ ਉਨੇ ਕੰਮ ਦੇਣਾ ਹੁਣ ਤੁਸੀਂ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਤੁਸੀਂ ਯੂਨੀਵਰਸਿਟੀ ਜਾਣਾ ਕੀ ਤੁਸੀਂ ਇੱਥੋਂ ਦੀ ਜਿਹੜੀ 1.5 ਲੱਖ ਦੀ ਗੱਡੀ ਲੈ ਕੇ ਜਾਓਗੇ ਜਾਂ ਆਪਣੇ ਬਜਟ ਦੇ ਹਿਸਾਬ ਨਾਲ 20-15-20 ਜਿੰਨੇ ਦੀ ਵੀ ਲੈ ਕੇ ਜਾਓਗੇ ਸਾਡੀ ਕਮਿਊਨਿਟੀ ਦੀ ਇਹੀ ਪ੍ਰੋਬਲਮ ਹੈ ਇੱਕ ਦੂਜੇ ਨਾਲ ਉਦਾਂ ਹੀ ਕੰਪੀਟੀਸ਼ਨ 'ਚ ਆ ਲੋੜ ਕੀ ਆ ਦਿਖਾਉਣ ਦੀ ਕੀ ਲੋੜ ਆ ਤੁਸੀਂ ਆਪਣੀਆਂ ਜੇਬਾਂ ਦੇਖੋ ਕਮਿਊਨਿਟੀ 'ਚ ਇਹ ਆ ਕਿਸੇ ਨੇ ਦੇਖਿਆ ਉਹਨੇ ਆਹ ਗੱਡੀ ਲੈ ਲਈ ਮੈਂ ਇਹ ਤੋਂ ਵੀ ਵਧੀਆ ਗੱਡੀ ਲੈਣੀ ਆ ਦਿਖਾਉਣ ਲਈ ਵੀ ਮੈਂ ਵਧੀਆ ਆ ਪ੍ਰਭਜੋਤ ਵੀ ਮੋਨਿਕਾ ਵੀ ਤੁਸੀਂ ਵੀ ਬੜੀ ਵਧੀਆ ਸੋਚ ਆ ਕਿ ਸਾਨੂੰ ਜੇ ਅਸੀਂ ਸੋਚਾਂਗੇ ਨਹੀਂ ਤਾਂ ਸਾਡੀ ਗੱਲ ਨਹੀਂ ਬਣਨੀ ਜਿਹੜਾ ਦਿਮਾਗ ਆ ਉਹ ਰੱਬ ਨੇ ਉਦਾਂ ਹੀ ਨਹੀਂ ਲਾਇਆ ਉਹ ਲਾਇਆ ਸੀ ਸੋਚਣ ਲਈ ਪਰਮਾਤਮਾ ਨੇ ਮਿਹਰ ਕੀਤੀ ਕਿ ਤੁਸੀਂ ਸੋਚੋ ਆਪਣੇ ਬਾਹਰ ਆ ਕੇ ਆਪਾਂ ਸੋਚਦੇ ਹਾਂ ਇੱਥੇ ਪਰ ਇੰਡੀਆ ਦੇ ਵਿੱਚ ਨਹੀਂ ਸੋਚਦੇ ਜੇ ਆਪਾਂ ਉੱਥੇ ਸੋਚੀਏ ਮੈਨੂੰ ਲੱਗਦਾ ਆਪਾਂ ਨੂੰ ਬਾਹਰ ਵੀ ਨਹੀਂ ਆਉਣਾ ਪਊਗਾ ਕਿਉਂਕਿ ਪੰਜਾਬੀ ਜਿੱਥੇ ਤੱਕ ਮੈਂ ਦੇਖਿਆ ਕੋਈ ਐਸਾ ਖੇਤਰ ਨਹੀਂ ਜਿੱਥੇ ਪੰਜਾਬ ਦੇ ਬੱਚੇ ਹੈ ਨਹੀਂ ਜਾਂ ਪੰਜਾਬੀ ਹੈ ਨਹੀਂ ਜਿਹੜਾ ਛੋਟੇ ਤੋਂ ਛੋਟੇ ਕੰਮ ਤੱਕ ਲੈ ਕੇ ਵੱਡੇ ਤੋਂ ਵੱਡੇ ਕੰਮ ਵੱਡੇ ਤੋਂ ਵੱਡਾ ਸਾਡੇ ਇੱਥੇ ਕੀ ਡਾਕਟਰ ਹੈ ਜੀ ਹੁਣ ਸਾਡੀ ਫੈਮਿਲੀ ਦੇ ਵਿੱਚ ਹੀ ਮੇਰੇ ਖਿਆਲ 2-3 ਜਣੇ ਤਾਂ ਡਾਕਟਰ ਬਣ ਗਏ 2-3 ਹੋਰ ਤਿਆਰੀ ਆ ਅਤੇ ਮੈਂ ਦੇਖਦਾ ਕਿ ਪੰਜਾਬੀ ਬੱਚੇ ਜਿੰਨੇ ਵੀ ਹੌਸਪੀਟਲਾਂ 'ਚ ਗਏ ਉੱਥੇ ਕੋਈ ਨਾ ਕੋਈ ਡਾਕਟਰ ਵਕੀਲ ਹੁਣ ਤਾਂ ਜੱਜ ਤਾਂ ਕੈਨੇਡਾ ਅਤੇ ਹੁਣ ਮੰਤਰੀ ਵੀ ਬਣ ਗਿਆ ਲੇਕਿਨ ਸਾਨੂੰ ਸੋਚ ਤੁਹਾਡੇ ਵਾਲੀ ਵਧੀਆ ਰੱਖਣੀ ਪੈਣੀ ਕਿ ਜੇ ਸਾਨੂੰ ਡਾਲਰ ਦੇ ਨਾਲ ਕੰਮ ਚੱਲਦਾ ਤਾਂ ਸਾਨੂੰ $10 ਖਰਚਣ ਦੀ ਕੀ ਲੋੜ ਆ ਉਹ ਦੂਜਾ ਅਸੀਂ ਦੂਸਰੇ ਵੱਲ ਨਾ ਦੇਖੀਏ ਕਿ ਚਾਈਨਾ ਨੇ ਟਿਕਟੋਕ ਕੱਢਤੀ ਅਸੀਂ ਕਿਉਂ ਨਹੀਂ ਕੱਢਣੀ ਅਸੀਂ ਜਿੰਨੀ ਸਾਡੀ ਨੌਲੇਜ ਆ ਉਹਨਾਂ ਕੱਢੀਏ ਅਤੇ ਕੋਮਲ ਜੀ ਅਤੇ ਨਾਲ ਆਪਣੇ ਮੋਨਿਕਾ ਜੀ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਤੁਸੀਂ ਅੱਜ ਟਾਈਮ ਕੱਢਿਆ ਇਹ ਜਿਹੜੀ ਸਮੱਸਿਆ ਸੂਈ ਆ ਬੜੀ ਵੱਡੀ ਪ੍ਰੋਬਲਮ ਆ ਕਿ ਜਦੋਂ ਮੈਂ ਗੱਲਾਂ ਕਰਨ ਲੱਗਦਾ ਭਾਵੁਕ ਹੋ ਜਾਂਦਾ ਗੱਲਾਂ ਦੇ ਵਿੱਚ ਟਾਈਮ ਜਿਹੜਾ ਉਹ ਪਤਾ ਨਹੀਂ ਲੱਗਦਾ ਕਦੋਂ ਨਿਕਲ ਜਾਂਦਾ ਅਤੇ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਬਹੁਤ ਵਧੀਆ ਆਦੇਸ਼ ਦਿੱਤਾ ਪੰਜਾਬੀਆਂ ਨੂੰ ਮੈਂ ਵੀ ਇਹ ਕਹੂੰਗਾ ਜਾਂਦੇ ਜਾਂਦੇ ਕਿ ਮੇਰੇ ਵੀਰੋ ਜ਼ਰੂਰ ਸੋਚੋ ਚਾਹੇ ਤੁਸੀਂ ਪੰਜਾਬ ਵਿੱਚ ਰਹਿੰਦੇ ਹੋ ਚਾਹੇ ਤੁਸੀਂ ਇੰਡੀਆਨਾ ਚੱਲ ਜਾਓ ਜਾਂ ਕੈਲੀਫੋਰਨੀਆ ਚੱਲ ਜਾਓ ਤੁਹਾਨੂੰ ਘਰ ਲੈਣ ਤੋਂ ਪਹਿਲਾਂ ਜਾਂ ਜ਼ਮੀਨ ਦੇ ਵਿੱਚ ਟਰੈਕਟਰ ਲੈਣ ਤੋਂ ਪਹਿਲਾਂ ਜਾਂ 40 ਲੱਖ ਦੀ ਗੱਡੀ ਲੈਣ ਤੋਂ ਪਹਿਲਾਂ ਤੁਹਾਨੂੰ ਕੁਛ ਵੀ ਕਰਨ ਤੋਂ ਪਹਿਲਾਂ ਸੋਚਣਾ ਪਊਗਾ ਜਿਹੜੀ ਤਕਰੀਬਨ ਜਿੰਨੇ ਅੱਜ ਆਪਣੇ ਨਾਲ ਜੁੜੇ ਸੀ ਉਹਨਾਂ ਸਾਰਿਆਂ ਨੇ ਤਿੰਨਾਂ ਨੇ ਇਹੀ ਗੱਲ ਕੀ ਕਿ ਆਪਣੇ ਜਿਹੜੇ ਖਰਚੇ ਆ ਉਹਨਾਂ ਵੱਲ ਦੇਖੋ ਬਾਰਮ ਲਾਈਨ ਮੈਨੂੰ ਤਾਂ ਇਹੀ ਸਮਝ ਆਈ ਕਿ ਆਪਣੇ ਜਿਹੜੇ ਖਰਚੇ ਦੂਜੇ ਵੱਲੋਂ ਦੇਖੋ ਅਗਲਾ 20 ਲੱਖ ਦੀ ਗੱਡੀ ਚਲਾਉਂਦਾ ਤੁਸੀਂ ਆਪਣੇ ਵੱਲ ਦੇਖੋ ਕਿ ਮੇਰਾ ਅਤੇ ਮੇਰੇ ਘਰ ਵਾਲੀ ਨਾਲ ਟੁੱਟੇ ਜਾਂ ਸਕੂਟਰ ਨਾਲ ਕੰਮ ਚੱਲਦਾ ਚਲਾਓ ਜਿਹੜਾ ਪੈਸਾ ਆ ਉਹ ਤੁਸੀਂ ਦੂਸਰੇ 'ਤੇ ਡਿਪੈਂਡ ਨਾ ਕਰੋ ਮੇਰੀ ਸਾਰੀ ਜਿਹੜੀ ਸਮਝ ਆਈ ਇੰਨੀ ਕੁ ਆਈ ਆ ਕਿ ਤੁਸੀਂ ਦੂਸਰੇ 'ਤੇ ਡਿਪੈਂਡ ਨਾ ਕਰੋ ਆਪਣੇ ਆਪ 'ਤੇ ਦੇਖੋ ਕਿ ਮੈਂ ਕੀ ਕਰ ਸਕਦਾ ਜਿਸ ਦਿਨ ਤੁਸੀਂ ਇਸ ਗੱਲ 'ਤੇ ਆ ਗਏ ਕਿ ਮੈਂ ਆਪਣੇ ਜੋਗਾ ਬੀਜਣਾ ਆਪਣੇ ਜੋਗਾ ਕਰਨਾ ਮੈਨੂੰ ਟਰੈਕਟਰ ਦੀ ਲੋੜ ਨਹੀਂ ਮੈਨੂੰ ਕਰਜ਼ੇ ਦੀ ਲੋੜ ਨਹੀਂ ਮੈਂ ਤੁਹਾਨੂੰ ਲਿਖ ਕੇ ਗਰੰਟੀ ਦੇ ਸਕਦਾ ਕਿ ਮੇਰੇ ਤਜਰਬੇ ਦੇ ਨਾਲ 35 ਸਾਲ ਹੋ ਗਏ ਮੈਨੂੰ ਇੱਥੇ ਗੋਰਿਆਂ ਨੂੰ ਦੇਖਦਿਆਂ ਨੂੰ ਮਕਸੀਕਿਆਂ ਨੂੰ ਕਾਲਿਆਂ ਨੂੰ ਚੀਨਿਆਂ ਨੂੰ ਜਿੰਨੇ ਵੀ ਤੁਸੀਂ ਰੇਸਿਸ ਕਹੋਗੇ ਮੈਂ ਦੇਖੀਆਂ ਹੋਈਆਂ ਕੈਲੀਫੋਰਨੀਆ ਵਿੱਚ ਜਾਇਆ ਨਿਊਯਾਰਕ ਵੀ ਗਿਆ ਸਾਰਾ ਕੁਛ ਦੇਖ ਲਿਆ ਐਂਡ 'ਤੇ ਨਿਚੋੜ ਇਹੀ ਕੱਢਿਆ ਕਿ ਤੁਸੀਂ ਜਦ ਤੱਕ ਖੁਦ ਪੈਰਾਂ 'ਤੇ ਖੜ੍ਹੇ ਨਹੀਂ ਹੁੰਦੇ ਕਰਜ਼ਿਆਂ ਤੋਂ ਮੁਕਤ ਨਹੀਂ ਹੁੰਦੇ ਉਦੋਂ ਤੱਕ ਸਰਕਾਰਾਂ ਤੁਹਾਡੇ 'ਤੇ ਹਾਬੂ ਹੋਣਗੀਆਂ ਜਦੋਂ ਤੁਹਾਡੇ ਬੱਚੇ ਪੜ੍ਹ ਜਾਣਗੇ ਤੁਹਾਨੂੰ ਕਾਨੂੰਨਾਂ ਦਾ ਪਤਾ ਹੋਊ ਤੁਹਾਨੂੰ ਲੋਅ ਪਤਾ ਹੋਣਗੇ ਮੈਂ ਅੰਬਾਨੀ ਤਾਂ ਅੰਬਾਨੀ ਅਡਾਨੀ ਦਾ ਕੁਛ ਨਹੀਂ ਜਿਹੜਾ ਵੀ ਮਾਈ ਦਾ ਲਾਲ ਆ ਜਾਏ ਤੁਹਾਡੀ ਜ਼ਮੀਨ ਨਹੀਂ ਖੋ ਸਕਦਾ ਤੁਹਾਡਾ ਘਰ ਨਹੀਂ ਖੋ ਸਕਦਾ ਤੁਹਾਡੀ ਰੋਟੀ ਨਹੀਂ ਖੋ ਸਕਦਾ ਤੁਹਾਨੂੰ ਸਿਰਫ ਸਿਰਫ ਇੰਡੀਆ ਦੇ ਜਿਹੜੇ ਲੋਅ ਪਤਾ ਹੋਣੇ ਚਾਹੀਦੇ ਜਾਂ ਇੱਥੇ ਦੇ ਲੋਅ ਪਤਾ ਹੋਣੇ ਚਾਹੀਦੇ ਆ ਇੱਥੇ ਜੇ ਮੇਰੇ ਘਰ ਦਰਵਾਜ਼ੇ ਪੁਲਿਸ ਆ ਜਾਏ ਪੁਲਿਸ ਐਂਟਰ ਨਹੀਂ ਹੋ ਸਕਦੀ ਕਿਉਂਕਿ ਮੈਨੂੰ ਇੰਨੇ ਕੁ ਲੋਅ ਪਤਾ ਆ ਜਾਂ ਤਾਂ ਉਹ ਸਰਚ ਬਾਰਡਰ ਲੈ ਗਏ ਤਾਂ ਪੁਲਿਸ ਵਾਲੇ ਨੂੰ ਵੀ ਕਹਿ ਸਕਦੇ ਤੂੰ ਐਂਟਰ ਨਹੀਂ ਹੋ ਸਕਦਾ ਕਿਉਂਕਿ ਸਾਨੂੰ ਸਾਡੇ ਲੋਅ ਦਾ ਪਤਾ ਸਾਡੇ ਰਾਈਟ ਕੀ ਨੇ ਜਦੋਂ ਤੱਕ ਇੰਡੀਆ ਦੇ ਵਿੱਚ ਸਾਡੇ ਰਾਈਟ ਹੀ ਨਹੀਂ ਪਤਾ ਤਾਂ ਅਸੀਂ ਕੀ ਰੋਕਾਂਗੇ ਜੇ ਰੋਕੇ ਹੁੰਦੇ
ਤਾਂ ਕੋਈ ਵੀ ਅਨਪੜ੍ਹ ਬੰਦਾ ਮੰਤਰੀ ਨਾ ਬਣੇ, ਕ੍ਰਿਮੀਨਲ ਬੰਦਾ ਮੰਤਰੀ ਨਾ ਬਣੇ, ਸਾਨੂੰ ਪਤਾ ਹੋਣਾ ਚਾਹੀਦਾ ਕਿ ਕੋਈ ਮੰਤਰੀ ਬਣ ਰਿਹਾ ਇਹਦੇ ਇਹਨੇ ਕੀ ਕ੍ਰਾਈਮ ਕੀਤਾ ਜਾਂ ਇਹਨੇ ਚੰਗਾ ਕੰਮ ਕੀ ਕੀਤਾ, ਮਾੜਾ ਕੀ ਕੀਤਾ। ਫਿਰ ਵੀ ਮੈਂ ਇਹੀ ਕਹੂੰਗਾ ਕਿ ਜਿਹੜੀ ਸੂਈ ਆ ਇਹ ਕਿਸੇ ਦੇ ਪਿੱਛੇ ਨਹੀਂ ਲੱਗਦੀ। ਇਹ ਟਿਕ ਟਿਕ ਹੋ ਕੇ ਦੇਖੋ 12 ਵੱਜ ਗਏ, ਬ੍ਰੇਕ ਦਾ ਵੇਲਾ ਹੋ ਗਿਆ, ਆਪਾਂ ਹੁਣ ਬ੍ਰੇਕ ਤਾਂ ਨਹੀਂ ਲੈ ਸਕਦੇ ਕਿਉਂਕਿ ਸ਼ੋਅ ਦਾ ਹੀ ਸਮਾਪਤ ਹੋਣ ਦਾ ਬਿੱਲ ਹੋ ਗਿਆ, ਘੰਟੀ ਆ ਗਈ ਪਿੱਛੋਂ। ਅਤੇ ਆਪਾਂ ਕੱਲ੍ਹ ਮਿਲਾਂਗੇ, ਇੱਕ ਨਵਾਂ ਸ਼ੋਅ, ਨਵੀਂ ਗੱਲ, ਨਵਾਂ ਕੀਰਤਨ ਲੈ ਕੇ ਨਵੀਂ ਗੱਲ ਕਰਾਂਗੇ ਕਿ ਕੱਲ੍ਹ ਕੀ ਕਰਨਾ ਚਾਹੀਦਾ। ਅਸੀਂ ਦੇਖ ਰਹੇ ਹੋ ਜਸ ਟੀਵੀ, ਧੰਨਵਾਦ ਤੁਹਾਡਾ। Thank you guys.